ਸਤਿ ਸ਼੍ਰੀ ਅਕਾਲ, ਸਤਲੁਜ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਜੀਤ ਕੌਰ, ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼। ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਦਲਿਤ ਭਾਈਚਾਰੇ ਦੇ ਨਾਲ ਹੋ ਰਹੇ ਅੱਤਿਆਚਾਰ ਦੇ ਬਾਰੇ। ਅਸੀਂ ਅਕਸਰ ਆਪਣੇ ਸਮਾਜ ਦੇ ਵਿੱਚ ਬਹੁਤ ਵਾਰ ਕਈ ਘਟਨਾਵਾਂ ਵੇਖੀਆਂ ਨੇ ਜਿੱਥੇ ਦਲਿਤ ਸਮਾਜ ਦੇ ਲੋਕਾਂ ਨੂੰ ਦੁਰਕਾਰਿਆ ਜਾਂਦਾ ਹੈ, ਉਹਨਾਂ ਦਾ ਤਿਰਸਕਾਰ ਕੀਤਾ ਜਾਂਦਾ ਹੈ। ਹਾਲ ਹੀ ਦੇ ਵਿੱਚ ਸੰਗਰੂਰ ਤੋਂ, ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਇੱਕ ਕਿਸਾਨ ਆਗੂ ਦਲਿਤ ਭਾਈਚਾਰੇ ਨਾਲ ਸੰਬੰਧਿਤ ਨੌਜਵਾਨਾਂ ਦੀ ਕੁੱਟਮਾਰ ਕਰ ਰਿਹਾ ਹੈ। ਉਹ ਕਿਸਾਨ ਆਗੂ ਕਿਸਾਨ ਜਥੇਬੰਦੀ ਉਗਰਾਹਾ ਦੇ ਨਾਲ ਸੰਬੰਧ ਰੱਖਦਾ ਹੈ। ਇਹ ਵੀਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ ਅਤੇ ਵਿਵਾਦ ਦਾ ਕਾਰਨ ਵੀ ਬਣ ਰਹੀ ਹੈ, ਕਿਉਂਕਿ ਇੱਕ ਪਾਸੇ ਤਾਂ ਕਿਸਾਨੀ ਅੰਦੋਲਨ ਦੇ ਵਿੱਚ ਆਪਣੇ ਹੱਕ ਮੰਗੇ ਜਾ ਰਹੇ ਨੇ ਅਤੇ ਦੂਜੇ ਪਾਸੇ ਦਲਿਤ ਭਾਈਚਾਰੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਅੱਜ ਅਸੀਂ ਇਸ ਮਸਲੇ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਰਾਜਵਿੰਦਰ ਸਿੰਘ ਰਾਹੀ। ਸਰ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਰ, ਅਸੀਂ ਅਕਸਰ ਸਮਾਜ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵੇਖਦੇ ਹਾਂ, ਪਰ ਸੰਗਰੂਰ ਤੋਂ ਜਿਹੜੀ ਵੀਡੀਓ ਸਾਹਮਣੇ ਆਉਂਦੀ ਹੈ ਉਹਦੇ ਵਿੱਚ ਇੱਕ ਕਿਸਾਨ ਆਗੂ ਦਲਿਤ ਲੜਕੀਆਂ ਦੀ ਕੁੱਟਮਾਰ ਕਰ ਰਹੇ ਹੈ। ਬਿਲਕੁਲ ਜੀ। ਔਰ ਉਹ ਉਗਰਾਹਾ ਜਥੇਬੰਦੀ ਨਾਲ ਸੰਬੰਧ ਰੱਖਦਾ ਹੈ, ਪਰ ਜਿਸ ਤਰੀਕੇ ਨਾਲ ਉਸ ਆਗੂ ਦੀ ਅਰੈਸਟ ਹੁੰਦੀ ਹੈ, ਹਾਂਜੀ, ਉਹ ਬਿਲਕੁਲ ਧੌਂਸ ਦਿਖਾ ਕੇ ਕਰਵਾਈ ਜਾਣ ਵਾਲੀ ਸੀ, ਯਾਨੀ ਕਿ ਕੁੱਟਮਾਰ ਕਰਕੇ ਵੀ ਆਪਣੀ ਲੱਤ ਉੱਪਰ ਰੱਖਣ ਵਾਲੀ ਗੱਲ। ਹਾਂਜੀ ਹਾਂਜੀ। ਮਤਲਬ ਇਸ ਤਰ੍ਹਾਂ ਦਾ ਵਰਤਾਰਾ ਸਾਹਮਣੇ ਆਉਂਦਾ। ਬਿਲਕੁਲ ਜੀ। ਦੇਖੋ, ਗੱਲ ਇਹ ਹੈ ਕਮਲਜੀਤ, ਇਹ ਜਿਹੜਾ ਦਲਿਤ ਵਰਗ ਤੇ ਜ਼ਬਰ ਦਾ ਮਾਮਲਾ ਅੱਜ ਦਾ ਨਹੀਂ, ਬੜਾ ਪੁਰਾਣਾ, ਖਾਸ ਕਰਕੇ ਮਾਲਵੇ 'ਚ। ਇਹ ਕਈ ਸਾਲ ਪਹਿਲਾਂ ਮੈਂ ਐਸ ਸੀ ਐਸ ਟੀ ਕਮਿਸ਼ਨ ਤੋਂ ਵੀ ਰਿਪੋਰਟ ਮੰਗੀ ਸੀਗੀ, ਉਹਨਾਂ ਨੇ ਵੀ ਇਹੀ ਕਿਹਾ ਸੀ ਵੀ ਜਿਹੜਾ ਮਾਲਵੇ 'ਚ ਹੋ ਰਿਹਾ ਜ਼ਬਰ ਦਲਿਤਾਂ 'ਤੇ ਹੋ ਰਿਹਾ, ਉਹ ਦੋ ਤਰ੍ਹਾਂ ਦਾ ਗੱਠਜੋੜ, ਇੱਕ ਜੱਟ ਭਾਈਚਾਰੇ ਅਤੇ ਪੁਲਿਸ ਦਾ। ਜੱਟਾਂ ਨੇ ਕੁੱਟੇ ਦਲਿਤ ਵਰਗ ਜਾਂ ਕੋਈ ਧੀਆਂ ਭੈਣ ਦੀ ਬੇਇੱਜ਼ਤੀ ਕੀਤੀ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਉਹਨਾਂ ਨੂੰ ਉਹ ਖੁੱਲ੍ਹੇ ਛੋਟ ਦਿੱਤੀ। ਇਹ ਬਹੁਤ ਘਟਨਾਵਾਂ, ਉਹਨੇ ਕਿਹਾ ਸੀ ਵੀ ਸਾਡੇ ਕੋਲ ਘੱਟੋ ਘੱਟ ਜੇ 2200 ਘਟਨਾਵਾਂ ਆਉਂਦੀਆਂ ਸਾਲ ਦੇ ਵਿੱਚ ਦੀ, ਤਾਂ 1500-1600 ਘਟਨਾਵਾਂ ਤਾਂ ਮਾਲਵੇ ਦੇ ਇਲਾਕੇ ਦੇ ਇਸ ਇਲਾਕੇ ਦੀਆਂ ਹੁੰਦੀਆਂ ਨੇ, ਮਾਲਵੇ ਰੀਜਨ ਦੀਆਂ, ਪਟਿਆਲੇ ਦੀਆਂ, ਸੰਗਰੂਰ ਦੀਆਂ, ਮਾਨਸਾ, ਫਿਰੋਜ਼ਪੁਰ ਦੀਆਂ, ਮੁਕਤਸਰ ਦੀਆਂ। ਹੁਣ ਤੁਸੀਂ ਯਾਦ ਕਰੋ ਪਹਿਲਾਂ ਕਿ ਮਾਲਵੇ 'ਚ ਘਟਨਾ ਵਾਪਰੀ, ਬੰਤ ਸਿੰਘ ਚੱਬਰ, ਉਹ ਇੰਟਰਨੈਸ਼ਨਲ 'ਤੇ ਪੱਧਰ 'ਤੇ ਮਾਮਲਾ ਗਿਆ, ਉਹਨੂੰ ਕੁੱਟਣ ਵਾਲੇ, ਉਹਦੀਆਂ ਲੱਤਾਂ ਤੋੜਨ ਵਾਲੇ, ਉਹ ਵੀ ਕਿਸਾਨ ਸਨ, ਬੜੇ ਤਕੜੇ ਘਰ ਦੇ ਸਨ, ਉਹ ਵੀ ਇੰਨੀ ਬੁਰੀ ਤਰ੍ਹਾਂ ਜਾਲਮਾਨਾ ਢੰਗ ਨਾਲ ਉਹਦੀ ਕੁੱਟਮਾਰ ਕੀਤੀ, ਉਹਦੀ ਲੱਤਾਂ ਵੀ ਵੱਢਣੀਆਂ ਪਏ, ਉਹਦੇ ਹੱਥ ਵੀ ਵੱਢਣੇ ਪਏ, ਦੁਨੀਆਂ ਭਰ 'ਚ ਮਾਮਲਾ ਪਹੁੰਚਿਆ। ਫਿਰ ਇੱਕ ਭੀਮ ਟਾਂਕ ਵਾਲਾ ਮਾਮਲਾ ਵੀ ਹੈਗਾ, ਹਾਂ। ਫਿਰ ਇੱਕ ਹੁਣ ਪੁੱਛੇ ਜੇ 3-4 ਸਾਲ ਪਹਿਲਾਂ ਸੰਗਰੂਰ ਜ਼ਿਲ੍ਹੇ ਦਾ ਕੇਸ ਸੀ ਜਗਮੇਲ ਸਿੰਘ ਦਾ, ਉਹ ਵੀ ਦਲਿਤ ਨੌਜਵਾਨ ਮੁੰਡਾ ਕੁੱਟ ਕੁੱਟ ਕੇ ਮਾਰਿਆ ਪਰਿਵਾਰ ਨੇ। ਹੁਣ ਇੱਥੇ ਇੱਕ ਪਤਨਾ ਕੋਲ ਮਾਮਲਾ ਆਇਆ ਸੀ ਕੋਈ ਬੱਕਰੀਆਂ ਚੋਰੀ ਕਰਨ ਦਾ, ਲਓ ਜੀ ਸਾਡੇ ਬੱਕਰੀਆਂ ਚੋਰੀ ਕਰਨ ਆ ਗਏ ਜਾਂ ਕੋਈ ਹੋਰ ਆ ਗਏ, ਨਾ ਬੱਕਰੀਆਂ ਰਹਿ ਵਾਲੇ ਸੀ ਸਾਡੇ ਘਰ ਚੋਰੀ ਕਰਨ ਆ ਗਏ, ਦਿਨ ਦੀ ਵੀ ਉਹ ਵੀ ਬੰਦੇ ਕੁੱਟ ਕੁੱਟ ਕੇ ਉਹਨਾਂ ਨੂੰ ਲੱਤਾਂ ਤੋੜੀਆਂ ਨੇ, ਉਹ ਕੇਸ ਆਇਆ ਦੋ ਪਿਛਲੇ ਸਾਲ ਦੀ ਗੱਲ ਹੀ ਆ ਇਹ। ਇਹ ਜਿਹੜਾ ਦਲਿਤਾਂ ਦੇ ਵਿਹੜਿਆਂ 'ਤੇ ਘਟਨਾਵਾਂ ਹੋ ਰਹੀਆਂ ਨੇ ਜ਼ਬਰ ਦੀਆਂ, ਇਹਨੂੰ ਠੱਲ ਨਹੀਂ ਪੈ ਰਹੀ। ਹੁਣ ਠੱਲ ਪਾਉਣ ਵੱਲੋਂ ਆ ਵੀ ਇਹ ਵਰਗ ਜਿਹੜਾ ਹੈਗਾ ਵਿਹੜਿਆਂ ਵਾਲਾ ਇੰਨਾ ਆਰਥਿਕ ਤੌਰ 'ਤੇ ਕਮਜ਼ੋਰ ਆ ਅਤੇ ਸਿਆਸੀ ਤੌਰ 'ਤੇ ਕਮਜ਼ੋਰ ਆ, ਵੀ ਇਹਦੀ ਕੋਈ ਬਾਂਹ ਫੜਨ ਵਾਲਾ ਹੈ ਨਹੀਂ, ਬਹੁਤ ਬੁਰੀ ਹਾਲਤ ਆ, ਨਸ਼ਿਆਂ 'ਚ ਨੌਜਵਾਨ ਗੁੜ 'ਚ ਹੋ ਗਏ, ਚਿੱਟੇ 'ਤੇ ਲੱਗ ਗਏ, ਫਿਜ਼ੀਕਲੀ ਆਮਦਨ ਹੈ ਨਹੀਂ, ਖੇਤੀ ਦਾ ਕੰਮ ਆ, ਰੁਜ਼ਗਾਰ ਮਿਲ ਨਹੀਂ ਰਿਹਾ, ਅਤੇ ਔਰਤਾਂ ਵੀ ਇਹਨਾਂ ਬਾਰੇ ਵੀ ਉਹ ਵੀ ਗਲਤ ਧੰਦੇ ਵਿਚਾਰਾ ਗੁਜ਼ਾਰਾ ਕਰਦੀਆਂ ਨੇ। ਇਹ ਸਾਰਾ ਕੁਛ ਇਹਦੇ ਬਾਰੇ ਬੜੀਆਂ ਜਿਹੜੀਆਂ ਮਾੜੀਆਂ ਰਿਪੋਰਟਾਂ ਆਈਆਂ। ਅਤੇ ਜਿਹੜੇ ਸਾਡੇ ਪੰਜਾਬ ਦੇ ਕਾਮਰੇਡ ਸੀ, ਕਿਸੇ ਵਕਤ ਮੇਰੇ ਪਿਤਾ ਜੀ ਵੀ ਕਾਮਰੇਡ ਸੀ, ਮੈਂ ਵੀ ਕਾਮਰੇਡ 'ਚ ਰਿਹਾ, ਤਾਂ ਉਸ ਵਕਤ ਕਾਮਰੇਡਾਂ ਤੋਂ ਆਸ ਹੁੰਦੀ ਸੀਗੀ ਵੀ ਕਾਮਰੇਡ ਇਸ ਵਰਗ ਦੀ ਬਾਂਹ ਫੜਨਗੇ, ਇਹਦੇ ਹੱਕ 'ਚ ਖੜਨਗੇ। ਅਤੇ ਉਦੋਂ ਸਾਡੇ ਪਿੰਡਾਂ 'ਚ ਡਰਾਮੇ ਹੁੰਦੇ ਸੀ, ਛੋਟੇ ਹੁੰਦੇ ਸੀ,
ਸਾਡੇ ਇਲਾਕੇ ਤੱਕ ਨਾਟਕਕਾਰਾਂ ਦੇ ਦਲੀਪ ਮਸਤ ਉਹ ਲਾਲ ਝੰਡਾ ਲੈ ਕੇ ਗੀਤ ਗਾਉਂਦੇ ਹੁੰਦੇ ਸੀ, ਬਸ ਕਰ ਪੂੰਜੀਦਾਰਾ ਤੇਰੀ ਸਾਡੀ ਬੱਸ ਹੋਈ, ਗਲ ਨਹੀਂ ਨਹੀਂ ਦਾਲ ਹੁਣ ਜ਼ੁਲਮ ਬਹਾਰੀ ਦੀ, ਦਾਤੀ ਥੋੜੇ ਵਾਲਾ ਅਸੀਂ ਲਾਲ ਝੰਡਾ ਹੱਥ ਲੈ ਕੇ ਲੱਭ ਲਈਏ ਨਾੜ ਹੁਣ ਭੁੱਖ ਦੀ ਬਿਮਾਰੀ ਦੀ। ਇਹ ਸਾਡੇ ਮੁੰਡਿਆਂ ਦੇ ਗੀਤ ਮੂੰਹ ਤੋਂ ਚੜ ਕੇ ਅਸੀਂ ਬੱਚਿਆਂ ਦੇ ਹੀ ਗਾਉਂਦੇ ਫਿਰਦੇ ਹੁੰਦੇ ਸੀ, ਪਰ ਹੁਣ ਲਾਲ ਝੰਡਾ ਤਾਂ ਗਾਇਬ ਹੋ ਗਿਆ, ਕਿੱਥੇ ਆ ਗਏ ਪੀਲੇ ਅਤੇ ਹਰੇ ਝੰਡੇ ਕਿਸਾਨੀ ਦੇ। ਮੈਂ ਆਪਣੇ ਦੋਸਤਾਂ ਨੂੰ ਜਦੋਂ ਕਿਸਾਨ ਮੋਰਚਾ ਲੱਗਿਆ ਉੱਘੇ ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਣਜੀਤ ਸਿੰਘ ਇਹਨਾਂ ਨੂੰ ਗੱਲ ਕਰਦਾ ਸੀ, ਜਦੋਂ ਸੁਰਜੀਤ ਪਾਤਰ ਨੂੰ ਮੇਲਾ ਕਹਿ ਰਿਹਾ ਸੀ, ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਵਾਗੀਆਂ ਪਾ ਰਿਹਾ ਸੀ, ਬਹੁਤ ਕੁਛ ਹੋ ਗਿਆ, ਪਰ ਮੇਰੇ ਲਈ ਇਹ ਬਹੁਤ ਖਤਰਨਾਕ ਸੀ। ਮੈਂ ਸਰ ਮੇਰੇ ਲਈ ਤਾਂ ਇਹ 'ਚੋਂ ਬਹੁਤ ਵੱਡੇ ਖਤਰੇ ਨਜ਼ਰ ਆ ਰਹੇ ਨੇ, ਕਹਿੰਦੇ ਕਿਵੇਂ। ਮੈਂ ਸਰ ਮੈਨੂੰ ਤਾਂ ਇਹ ਲੱਗਦਾ ਵੀ ਜਿਹੜਾ ਪੰਜਾਬ ਦਾ ਇਹ ਕਿਸਾਨ ਭਾਈਚਾਰਾ ਇੰਨਾ ਤਕੜਾ ਹੋ ਗਿਆ, ਇਹ ਤਾਂ ਪੰਜਾਬ ਦੇ ਦਲਿਤ ਵਰਗ ਨੂੰ ਹੀ ਲਤੜ ਕੇ ਹੀ ਮਾਰ ਦੂ ਟਰੈਕਟਰਾਂ ਨਾਲ, ਅਤੇ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਮਾਰ ਦੂ। ਮੈਨੂੰ ਤਾਂ ਵੱਡੇ ਖਤਰੇ ਨਜ਼ਰ ਆਉਂਦੇ ਸੀ ਉਦੋਂ, ਵੀ ਇੰਨਾ ਸ਼ਕਤੀਸ਼ਾਲੀ ਹੋ ਗਿਆ ਇਹ। ਫਿਰ ਹੁਣ ਜਦੋਂ ਉਹ ਆ ਗਏ ਵਾਪਸ ਤਾਂ ਉਹਨਾਂ ਦਾ ਸਮਾਨ ਹੰਕਾਰ ਸਮਾਨੀ ਚੜ੍ਹ ਗਿਆ, ਇਹ ਤਾਂ ਮੋਦੀ ਨੂੰ ਗੋਡੀਆਂ ਲਵਾਤੀਆਂ, ਤੁਸੀਂ ਕਿਹਦੇ ਵਿਚਾਰੇ ਆ, ਇਹ ਉਹਨਾਂ ਦੇ ਹਰ ਰਕਟ 'ਚੋਂ ਪ੍ਰਸੰਨ ਤੋਰੇ ਫੇਰੇ 'ਚੋਂ। ਜੇ ਉਹ ਮਤਲਬ ਮੈਨੂੰ ਦੱਸਿਆ, ਜੇ ਸ਼ਹਿਰਾਂ ਦੇ ਵਪਾਰੀ ਆ ਜਾਂ ਦੁਕਾਨਦਾਰ ਨੇ, ਉਹ ਵੀ ਗੱਲਾਂ ਹੁੰਦੀਆਂ, ਉਹ ਕਹਿੰਦਾ ਯਾਰ ਜਦੋਂ ਹੁਣ ਸਾਡੇ ਕੋਲ ਇਹ ਪੀਲੇ ਪਰਨੇ ਪਾ ਕੇ ਜਾਂ ਮਤਲਬ ਹਰੇ ਪਰਨੇ ਪਾ ਕੇ ਜਾਂਦੇ ਨੇ, ਜਿਵੇਂ ਆਮ ਤੌਰ 'ਤੇ ਵੀ ਜੱਟ ਤਾਂ ਹੁਣ ਸੁਹਾਗੇ ਦੇ ਚੜ੍ਹਿਆ ਮਾਰਨੇ ਤਾਂ ਹੁਣ ਜੁਨੀਆਂ ਦੇ ਮੋਦੀ ਦੀਆਂ ਗੋਡੀਆਂ ਲਵਾਏ, ਉਹ ਕਹਿੰਦਾ ਸਾਨੂੰ ਹਾਂ ਬਈ ਸੇਠਾ ਅਖੰਡ ਕੀ ਰੇਟ ਲਾਈ ਆ, ਕਹਿੰਦੀ ਬੋਲ ਬਾਣੀ 'ਚੋਂ ਅੱਖੜ ਪਾਉਣਾ ਹੰਕਾਰ, ਅਤੇ ਆਪਣੇ ਆਪ ਉੱਚਾ ਵੀ ਅਸੀਂ ਉਹ ਹਾਂ। ਕਹਿੰਦਾ ਅਸੀਂ ਕਹਿੰਦਾ ਹੱਥ ਜੋੜ ਜੋ ਮਰਜ਼ੀ ਦੇ ਲਓ ਬਾਬਾ ਜੀ, ਤੁਹਾਡੀ ਦੁਕਾਨਾਂ ਲੈ ਜਾਓ। ਹੁਣ ਇਸੇ ਤਰ੍ਹਾਂ ਇੱਕ ਸ਼ਰਾਬ ਦੇ ਕਰਿੰਦੇ ਨੇ ਗੱਲ ਦੱਸੀ, ਉਹ ਕਹਿੰਦਾ ਸਾਨੂੰ ਠੇਕੇਦਾਰਾਂ ਵੱਲੋਂ ਹਦਾਇਤ ਆ ਵੀ ਜਦੋਂ ਇਹ ਪੀਲੇ ਪਰਨੇ ਵਾਲੇ ਹਰੇ ਵਾਲੇ ਆ ਜਾਣ, ਤੁਸੀਂ ਨਹੀਂ ਕਹਿਣਾ ਵੀ ਇੰਨੇ ਦੀ ਬੋਤਲ ਆ, ਉਹਨੂੰ ਕਹੋ ਜਿੰਨੇ ਦੇਣਾ ਦੇ ਦੇ ਸ਼ਰਾਬ ਦਾ ਪੇਟੀ, ਕਹਿੰਦਾ ਇੰਨੇ ਧਾਰੋ ਪੇਟੀ, ਉਹ ਧਰ ਦਿਓ ਚੁੱਪ ਕਰਕੇ। ਕਹਿੰਦੀ ਬੋਲ ਬਾਣੀ 'ਚ, ਅਤੇ ਕਿਉਂਕਿ ਬਾਦਸ਼ਾਹ ਦੀ ਹੀਰ ਦੇ ਵਿੱਚ ਆਉਂਦਾ, ਜੱਟਾਂ ਬਾਗ ਨਾ ਜਾਤ ਕੁਰਖਤ ਕੋਈ, ਨਾਜਿਕ ਤਬਾ ਨਾ ਮੁਸ਼ਕ ਕਪੂਰ ਜਿਹਾ, ਉਹ ਕਹਿੰਦਾ ਜੱਟ ਬੜੇ ਕੁਰਖਤ ਹੁੰਦੇ ਨੇ, ਬਿੰਦਾ ਜਿਹੜਾ ਮਜਾਜ ਆ ਉਹ ਕਪੂਰ ਵਾਂਗੂ ਨਰਮ ਨਹੀਂ ਹੁੰਦਾ। ਉਹਨੇ ਪਹਿਲਾਂ ਦੇ ਸੁਭਾਅ ਬਾਰੇ ਕਿਹਾ, ਪਰ ਹੁਣ ਤਾਂ ਹੰਕਾਰ ਸਿਰੇ ਚੜ੍ਹ ਗਿਆ ਵੀ ਯਾਰ ਅਸੀਂ ਔਰਗੇਨਾਈਜ਼ਰ ਆ, ਔਰਗੇਨਾਈਜ਼ ਆ, ਗੱਡੀਆਂ ਆ ਗਈਆਂ, ਸਾਰਾ ਕੁਛ ਸਿਆਸਤ ਸਾਡੇ ਥੱਲੇ ਆ, ਪੁਲਿਸ ਸਾਥੋਂ ਡਰਦੀ ਆ। ਹੁਣ ਇਸੇ ਤਰ੍ਹਾਂ ਇੱਕ ਪਿਛਲੇ ਸਾਲ ਦੀ ਮੈਂ ਘਟਨਾ ਦੱਸਣ ਲੱਗਿਆ, ਇਹ ਇੱਕ ਸਾਂਝ ਦੁਨੀਆਂ ਦੀ ਟੈਰਰ ਦੀ, ਸਾਡੇ ਬਰਨਾਲੇ ਦੇ ਜਿਹੜੇ CI ਸਟਾਫ ਹੰਡਾਏ ਆ, ਉੱਥੇ GT ਰੋਡ ਤੋਂ ਉੱਥੇ ਹੰਡਾਏ ਸੀ, ਮੈਂ ਬੈਠਾ ਕਿਸੇ ਰਿਸ਼ਤੇਦਾਰ ਦਾ ਮੇਰੇ ਨਾਲ ਕੰਮ ਸੀ, ਉੱਥੇ ਥਾਣੇਦਾਰ ਨੂੰ ਮਿਲਣਾ ਸੀ, ਉਹ ਕਹਿੰਦੀ ਬਰਨਾਲੇ ਗਿਆ, ਮੈਂ ਮੇਰੀ ਫੋਨ 'ਤੇ ਗੱਲ ਕਰਾਤੀ, ਮੈਂ ਗੇਟ ਦੇ ਕੋਲ ਸੰਤਰੀ ਨਾਲ ਬੈਠਾ, ਉਹਦੇ ਚਿੱਟੀ ਕਾਰ ਆ ਕੇ ਰੁਕੀ ਸਾਹਮਣੇ, ਉਹ ਸੰਤਰੀ ਭੱਜ ਕੇ ਅਲਰਟ ਹੋ ਗਿਆ, ਰਫਲ ਲੈ ਕੇ ਪ੍ਰਧਾਨ ਸਾਹਿਬ ਆ ਗਏ, ਪ੍ਰਧਾਨ ਸਾਹਿਬ ਆ ਗਏ। ਮੈਂ ਕਿਹੜਾ ਪ੍ਰਧਾਨ ਆ ਗਿਆ, ਉਹਦੇ ਵਿੱਚੋਂ ਪੰਜ ਚਾਰ ਮੰਡੀਰ ਦੇ ਨਿਕਲੇ ਮੋਨੇ ਘੋਨੇ, ਅਤੇ ਗਲਾਂ 'ਚ ਹਰੇ ਪਰਨੇ ਪਾਏ ਹੋਏ, ਅਤੇ ਕਾਲੀਆਂ ਐਨਕਾਂ ਲੈਂਦੇ, ਹਾਂ ਬਈ ਹਾਂ ਬਈ ਕਿੱਥੇ ਆ, ਉਹ ਨਾਂ ਲਿਆ ਥਾਣੇਦਾਰ ਦਾ, ਉਹ ਕਹਿੰਦੀ ਬਰਨਾਲੇ ਗਿਆ ਵਾ, ਉਹ ਧੱਕਾ ਦੇ ਕਿਹੜਾ ਛੋਟਾ ਜਿਹਾ ਗੇਟ ਹੁੰਦਾ ਨਾਲ, ਛੋਟਾ ਗੇਟ ਬਣਦਾ, ਉਹ ਧੱਕਾ ਦੇ ਕਰੋ ਨੰਘੇ ਪਾਸ ਸੈਂਤਰ ਨੂੰ ਧੱਕ ਕੇ, ਉਹ ਫਲਾਣਾ ਕਿੱਥੇ ਆ, ਫਲਾਣਾ ਕਿੱਥੇ ਆ, ਦੂਜੇ ਨੂੰ ਪੁੱਛਦੇ, ਉਹ ਗਾਹਾਂ ਨੰਘੇ। ਉਹ ਮੈਂ ਸੰਤਰੀ ਨੂੰ ਪੁੱਛਿਆ, ਮੈਂ ਜਦ ਕੌਣ ਆ ਇਹ, ਕਿਹਾ ਕਾਹਦਾ ਪ੍ਰਧਾਨ ਆ, ਉਹ ਮੈਨੂੰ ਕਹਿੰਦਾ ਜੀ ਗੱਲ ਇਹ ਆ ਵੀ ਇੱਥੋਂ ਦਾ ਹੀ ਆ, ਪਹਿਲਾਂ ਚਿੱਟਾ ਵੇਚਦਾ ਹੁੰਦਾ, ਚਿੱਟਾ ਦਾ ਵਪਾਰੀ ਆ, ਪਹਿਲਾਂ ਵੀ ਚਿੱਟਾ ਵੇਚਦਾ ਸੀ, ਕਹਿੰਦਾ ਪਹਿਲਾਂ ਤਾਂ ਉਹ ਸਾਥੋਂ ਡਰਦਾ ਸੀ, ਅਸੀਂ ਛਾਪੇ ਮਾਰਦੇ ਸੀ, ਹੁਣ ਜਿੱਦੇ ਦਾ ਕਹਿੰਦਾ ਗਲ 'ਚ ਹਰਾ ਪਰਨਾ ਪਹਿਲਾਂ, ਹੁਣ ਅਸੀਂ ਡਰਦੇ ਹਾਂ, ਅਸੀਂ ਇਹਨੂੰ ਹੱਥ ਬੰਨਦੇ ਹਾਂ। ਸੋ ਜਿਹੜਾ ਟੈਰਰ ਆ, ਜਿਹੜਾ ਕਿਸਾਨੀ ਅੱਤਵਾਦ ਆ, ਇਹ ਮੈਂ ਪਹਿਲਾਂ ਕਹਿੰਦਾ ਹੁੰਦਾ ਵੀ ਇਹ ਪੰਜਾਬ ਦੇ ਦਲਿਤ ਲਈ ਅਤੇ ਪੰਜਾਬ ਦੇ ਹਿੰਦੂ ਲਈ ਬਹੁਤ ਖਤਰਨਾਕ ਸਿੱਧ ਹੋਊਗਾ। ਮੇਰੇ ਦੋਸਤ ਮੈਨੂੰ ਕਹਿੰਦੇ ਤੂੰ ਬੜਾ ਯਾਰ ਵਧਵੀਆਂ ਗੱਲਾਂ ਕਰ ਰਿਹਾ। ਮੈਂ ਯਾਰ ਮੈਂ ਇੱਕ ਚਿੰਤਕ ਹਾਂ, ਮੈਂ ਸੁਭਾਅ ਤੋਂ ਬਾਦਸ਼ਾਹ ਦੀ ਹੀਰ ਤੋਂ ਲੈ ਕੇ ਜੱਟ ਦੇ ਕਰੈਕਟਰ ਨੂੰ ਜਾਣਦਾ, ਉਹਦਾ ਕਰੈਕਟਰ ਕੀ ਆ, ਜੋੜਾ ਕੱਲ੍ਹ ਕੁਛ ਹੋਇਆ
ਉਹ ਇਸੇ ਦੀ ਹੀ ਪ੍ਰਗਟਾਵਾ ਸੀ ਤਾਂ ਉਸਦਾ। ਬਿਲਕੁਲ, ਆਪਾਂ ਸਾਰੀ ਕਮਿਊਨਿਟੀ ਨੂੰ ਤਾਂ ਨਹੀਂ ਕਹਿ ਸਕਦੇ ਵੀ ਸਾਰੇ ਗਲਤ ਨੇ, ਸਾਰੀਆਂ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ, ਪਰ ਆਪਾਂ ਹੁਣ ਇਸ ਵੀਡੀਓ ਬਾਰੇ ਗੱਲਬਾਤ ਕਰ ਲੈਂਦੇ ਹਾਂ। ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ, ਪੁਲਿਸ ਲਗਾਤਾਰ ਜਿਹੜਾ ਇਹ ਕਿਸਾਨ ਆਗੂ ਹੈ ਇਹਨੂੰ ਮਨਜੀਤ ਸਿੰਘ ਸ਼ਾਇਦ, ਹਾਂਜੀ ਮਨਜੀਤ ਸਿੰਘ ਘਰਾਚੋਂ, ਮਨਜੀਤ ਸਿੰਘ ਘਰਾਚੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਬੜਾ ਵੱਡਾ ਪ੍ਰੋਟੈਸਟ ਉਗਰਾਹਾ ਜਥੇਬੰਦੀ ਦੇ ਵੱਲੋਂ ਕੀਤਾ ਜਾਂਦਾ ਹੈ, ਖੁਦ ਅਰੈਸਟ ਕਰਵਾਇਆ ਜਾਂਦਾ, ਅਤੇ ਉਸ ਤੋਂ ਬਾਅਦ ਇੱਕ ਸਟੇਟਮੈਂਟ ਵੀ ਸਾਹਮਣੇ ਆਉਂਦੀ ਹੈ ਕਿ ਮਨਜੀਤ ਸਿੰਘ ਘਰਾਚੋਂ ਨੇ ਜਿਹੜੀ ਲੜਕੀਆਂ ਦੀ ਕੁੱਟਮਾਰ ਕੀਤੀ ਹੈ ਉਹ ਤਾਂ ਗਲਤ ਹੈ, ਪਰ ਜਿਹੜਾ ਪੁਲਿਸ ਦੇ ਵੱਲੋਂ SC ST ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਉਹਦਾ ਅਸੀਂ ਵਿਰੋਧ ਕਰਦੇ ਹਾਂ, ਅਸੀਂ SSP ਦਫ਼ਤਰ 'ਤੇ ਬਾਹਰ ਧਰਨਾ ਲਾਵਾਂਗੇ। ਹਾਂ, ਇਹਨੂੰ ਨਾ ਬਿਹਾਰ 'ਚ ਤਰਾਈ ਕਹਿੰਦੇ, ਸਿਆਸੀ ਬਿਹਾਰ 'ਚ ਤਰਾਈ, ਉਹ ਤਾਂ ਗੱਲ ਗਲਤ ਆ, ਪਰ ਇਹ ਵੀ ਠੀਕ ਹੈ ਇਸ ਮਾਮਲੇ 'ਚੋਂ ਗਲਤ ਆ, ਪਰ ਇਹ ਠੀਕ ਹੈ, ਇਹ ਬਿਹਾਰ 'ਚ ਤਰਾਈ ਕਹਿੰਦੇ ਸਿਆਸੀ ਤਰਾਈ ਜਿਹੜੀ ਕਿ ਆਮ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਹੈ, ਉਹ ਤਾਂ ਗਲਤ ਆ। ਜੇ ਗਲਤ ਬੰਦਾ ਹੈਗਾ ਉਹਦੇ ਲੱਤਾਂ ਤੋੜਨੀਆਂ ਹੋਵੇਗਾ SC ST ਐਕਟ ਵੱਡੀ ਗੱਲ ਆ, ਜਿਹੜਾ ਬੰਦਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਜਿਹਦੀਆਂ ਲੱਤਾਂ, ਮੇਰੇ ਦੋ ਦੋਸਤਾਂ ਨੂੰ ਮੈਂ ਵੀਡੀਓ ਭੇਜੀ, ਉਹ ਹੱਥ ਖੜੇ ਕਰਕੇ ਤੁਸੀਂ ਵੀਡੀਓ ਨਹੀਂ ਦੇਖ ਸਕਦੇ, ਜਿਹੜੇ ਲੱਕੜ ਦਾ ਤੈਂਬੜ ਉਹ ਹੱਥ 'ਚ ਕੋਈ ਸੁੱਟ ਹੀ ਨਹੀਂ, ਜਿੰਨੀ ਬੇਕਰਕੀ ਇਹਨਾਂ ਨੂੰ ਜਿੱਥੋਂ ਮਾਰ ਰਿਹਾ ਤਾਂ ਉਹ ਬੰਦੇ ਕਹਿੰਦੇ ਵੀ ਉਹ ਤਾਂ ਉਹਦੀ ਮੌਤ ਹੋ ਜਾਣੀ ਚਾਹੀਦੀ ਸੀ, ਤਾਂ ਨਾ ਜਿਹੜਾ ਬੱਚਾ ਕੱਟ ਗਿਆ ਕਿਤੇ, ਫਿਰ ਉਹਦੇ ਵਿੱਚੋਂ ਤੁਸੀਂ ਧਿਆਨ ਦੇਵੋ, 4-5 ਬੰਦੇ ਵੀਡੀਓ ਦੇਖੋ, ਵੀਡੀਓ 1-2 ਮਿੰਟ ਦੀ ਆ ਵੀਡੀਓ, ਸਾਰੇ ਕਿਸੇ ਨੇ ਚੋਰੀ ਬਣਾਈ ਆ, ਕਿਵੇਂ ਬਣਾਈ ਆ, ਜਾਂ ਉਹਨੇ ਐਡਿਟ ਕਰਕੇ ਪਾਈ, ਡਰਦੇ ਮਾਰੇ ਨੇ ਨਹੀਂ ਸਾਰਾ ਕੁਛ ਪਾਇਆ। ਹੁਣ ਇੱਕ ਬੰਦੇ ਬੱਚੇ ਨੂੰ ਹੋਰ ਜਿਹਨੇ ਪੀਲੀ ਸ਼ਰਟ ਪਾਈ ਆ, ਉਹਨੂੰ 4-5 ਬੰਦੇ ਹੋਰ ਘੇਰ ਕੇ ਫੜ ਕੇ ਲਿਆਉਂਦੇ ਨੇ, ਉਹਦੀ ਵੀ ਕਟਾਈ ਕਰਨ ਨਾਲ ਸੌਂਦੇ, ਮਾਰ 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 ਗਾਲਾਂ ਵੀ ਕੱਢਦੇ ਨੇ, ਮਾਰ ਇਹਦੇ ਉਹਨਾਂ ਨੂੰ ਵੀ ਕੁੱਟਦਾ ਉਹ, ਕਿਤੇ ਸਿਰ 'ਚ ਮਾਰਦਾ ਉਹ, ਹੁਣ ਉਹਨਾਂ ਬੰਦੇ 'ਤੇ ਕੋਈ ਕਾਰਵਾਈ ਨਹੀਂ, ਇਕੱਲਾ ਮਨਜੀਤ ਸਿੰਘ ਘਰਾਚੋਂ ਮਾਰ ਵੀ ਤਾਂ ਉਹਨਾਂ ਦੀ ਵੀ ਹੋਣੀ ਸੀ, ਜਦੋਂ ਕਿਸੇ ਬੰਦੇ ਨੂੰ ਉਕਸਾਉਂਦੇ ਹੋ ਤੁਸੀਂ, ਫੜ ਕੇ ਲਿਆਉਂਦੇ ਹੋ, ਉਹ ਤਾਂ ਕਟਾਉਂਦੇ ਹੋ, ਉਹਨੂੰ ਕਿਉਂ ਆ। ਇਹ ਜਿਹੜਾ ਹੁਣ SC ST ਲੱਗੀ, ਅਸੀਂ ਤਾਂ ਧਰਨਾ ਤਾਂ ਲਾਇਆ, ਉਹ ਗਲਤ ਲਾਇਆ, ਜਿਹੜਾ ਕਿ ਪੁਲਿਸ ਧਰਾਵਾਂ ਲਾ ਦਿੰਦੀ ਆ, ਦਲਤਾਂ ਦੇ ਬਥੇਰੀਆਂ ਲਾਉਂਦੀਆਂ, 307 ਦੀ ਵੀ ਲੱਗ ਜਾਂਦੀ ਆ ਸਧਾਰਨ ਕੁੱਟਮਾਰ ਦੇ ਮਾਮਲੇ ਵਿੱਚ। ਉਹ ਕੀ ਹੁੰਦਾ ਗਾ ਵੀ ਜਿਹੜੇ ਜੱਜ ਆ, ਜੱਜ ਵੀ ਇਸ ਤਰ੍ਹਾਂ ਸਿਆਣੇ ਬੈਠੇ ਹੁੰਦੇ ਕੋਰਟ ਦੇ ਵਿੱਚ, ਵਕੀਲ ਦੂਜੀ ਧਿਰ ਦਾ ਵਕੀਲ ਹੀ, ਉਹ ਧਰਾਵਾਂ ਕਹਿੰਦੇ ਨਜਾਇਜ਼ ਲਾ ਜਾਂਦੇ, ਪੁਲਿਸ ਨੂੰ ਪੁਲਿਸ ਹਟਾ ਦਿੰਦੀ ਆ, 307 ਜਿੱਥੇ ਲਾਈ ਹੁੰਦੀ 26 ਬਣਦੀ, 26 ਦਾ ਮਾਮਲਾ ਬਣਦਾ ਜੀ, ਤਾਂ ਉਸ ਤਰ੍ਹਾਂ ਇਹ ਗੱਲਾਂ ਜਾਣੀ ਕਿ ਲਾ ਦੇ ਅਕੋਰਡਿੰਗ ਤੁਸੀਂ ਗੱਲ ਕਰ ਸਕਦੇ ਸੀ ਅੱਗੇ। ਪਰ ਜਿਹੜੇ ਹਿਸਾਬ ਨਾਲ ਉਹ ਨਹੀਂ ਕੀਤਾ, ਜਿਹੜੇ ਹਿਸਾਬ ਨਾਲ ਉਸਦਾ ਬੋਡੀ ਜਸਚਰ ਦੇਖੋ, ਅਖਬਾਰਾਂ 'ਚ ਤਸਵੀਰਾਂ ਛਪੀਆਂ, ਉਹਨੇ ਗੱਲ 'ਚ ਪੀਲਾ ਪਰਨਾ ਪਾਇਆ ਹੋਇਆ, ਮੁੱਛਾਂ ਨੂੰ ਤਾ ਦਿੱਤਾ ਹੋਇਆ, ਅੱਖਾਂ ਆਇਆ, ਉਹਨੂੰ ਜਿਹੜੇ ਹਿਸਾਬ ਨਾਲ 2 ਘੰਟੇ ਧਰਨਾ ਲਾ ਕੇ ਇੱਕ ਹੀਰੋ ਬਣਾ ਕੇ ਇੱਕ ਨਾਇਕ ਦੇ ਤੌਰ 'ਤੇ ਪੇਸ਼ ਕੀਤਾ ਗਾ, ਗੱਲ ਉਹਦੀ ਆ। ਇਹਦੇ 2 ਸੰਕੇਤ ਨੇ, ਸਿਆਸੀ ਸੰਕੇਤ ਆ ਦਲਿਤ ਵਰਗ ਲਈ, ਤਾਂ ਇਹ ਆ ਵੀ ਚਾਹੇ ਇਹ ਜਿਹੜੇ ਕਿਸਾਨ ਆ ਤੁਹਾਡੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਨ, ਤੁਹਾਡੇ ਮੁੰਡੇ ਨੇ ਲੱਤਾਂ ਤੋੜਨ, ਤੁਸੀਂ ਚੂਣੀ ਕਰਨੀ ਆਵਾਜ਼ ਆ ਜਾਓ, ਅਤੇ ਕਿਸਾਨ ਭਾਈਚਾਰੇ ਦੀ ਹਲਾਸ਼ੇਰੀ ਆ ਵੀ ਚੱਕ ਦਿਓ ਫੱਟੇ, ਅਸੀਂ ਤੁਹਾਡੇ ਨਾਲ ਹਾਂ। 2 ਗੱਲਾਂ ਨੇ, ਇਹ ਦੋਨੋਂ ਗੱਲਾਂ ਵਿੱਚ ਉਹਨੂੰ ਦਹਿਸ਼ਤ ਪਾਉਣੀ, ਉਸ ਵਰਗ 'ਤੇ ਪੁਲਿਸ ਦੇ ਦਹਿਸ਼ਤ ਪਾਉਣੀ, ਅਫਸਰ ਸਾਹਿਬ ਦੇ ਦਹਿਸ਼ਤ ਪਾਉਣੀ, ਅਸੀਂ ਬਹੁਤ ਵੱਡੇ ਹਾਂ, ਇਹਨੂੰ ਸਿਆਸੀ BIP ਟ੍ਰੀਟਮੈਂਟ ਮਿਲਣਾ ਚਾਹੀਦਾ ਜਿਹੜੇ ਥਾਣੇ 'ਚ, ਸਿੱਧੀ ਗੱਲ ਆ ਇਹ ਵੀ BIP ਟ੍ਰੀਟਮੈਂਟ ਦਾ ਹੱਕਦਾਰ ਆ, BIP ਟ੍ਰੀਟਮੈਂਟ ਦਿਓ ਇਹਨੂੰ, ਇਹ ਨਹੀਂ ਵੀ ਊਂ ਹਵਾਲਾ 'ਚ ਬਿਠਾ ਦਿਉ, ਇਹਨੂੰ ਮੰਜਾ ਬਿਸਤਰਾ ਚੰਗਾ AC ਲਾ ਕੇ ਦਿਓ, ਇਹ ਸਾਰੇ ਆ। ਸੋ ਇਹਦੇ 2 ਸਿਆਸੀ ਸੰਕੇਤ ਬਣਦੇ ਆ ਉਗਰਾਹਾਂ ਦੇ, ਦੋਨੇ ਵੱਡੇ ਖਤਰਨਾਕ ਆ, ਇਹ ਦਲਿਤ ਵਰਗ ਲਈ ਵਾਰਨਿੰਗ ਆ, ਉਹਨਾਂ ਲਈ ਹਲਾਸ਼ੇਰੀ ਆ ਇਹਦੇ ਵਿੱਚੋਂ। ਸੋ ਉਹ ਜਿਹੜਾ ਹੁਣ ਪੀਲਾ ਪਰਨਾ ਪਾਇਆ, ਇਹ ਵੀ ਮਹੱਤਵਪੂਰਨ ਆ। ਮੈਂ 2 ਮਹੀਨੇ ਪਹਿਲਾਂ ਗੱਲ ਕੀਤੀ ਸੀ ਕਿ ਕਿਸੇ ਨਾਲ ਉਹ ਲਾਲ ਝੰਡਾ ਗਾਇਬ ਹੋ ਗਿਆ, ਉਹਦੀ ਥਾਂ 'ਤੇ ਹਰੇ ਪਰਨੇ ਅਤੇ ਪੀਲੇ ਪਰਨੇ ਆ ਗਏ। ਹੁਣ ਮੈਨੂੰ ਦੋਸਤ ਮੇਰਾ ਮਿੱਤਰ ਪੁੱਛਣ ਲੱਗਿਆ ਵੀ ਕੀ ਆ, ਮੈਂ ਕਿਹਾ ਦੋਨੇ ਦਲਿਤ ਵਰਗ ਦੇ ਜਬਰ ਦੇ ਪ੍ਰਤੀਕ ਨੇ, ਹਿੰਦੂ ਵਰਗ ਦੇ ਜਬਰ ਦੇ ਪ੍ਰਤੀਕ ਬਣਨਗੇ, ਲਾਲ ਝੰਡਾ ਇੱਕ ਸਾਂਝੀ ਬਲਤ ਦਾ ਪ੍ਰਤੀਕ ਸੀ। ਹੁਣ ਕੱਲ੍ਹ ਹੀ ਮੈਨੂੰ ਕਹਿੰਦੇ ਪੁੱਛਿਆ ਵੀ ਕਾਮਰੇਡ ਨੇ, ਮੈਂ ਕਹਿੰਦਾ
ਨਾ ਗ੍ਰਾਹਾਂ ਗਰੁੱਪ ਕਾਮ ਰਹਿਣਾ, ਨਾ ਇਹ ਸਿੱਖ ਆ, ਨਾ ਇਹ ਗੁਰੂ ਦੀ ਭਾਵਨਾ ਮਿਟਣ ਵਾਲੇ ਆ। ਇਹ ਤਾਂ ਇਹਨੇ ਖੁਦ ਕਰਦੇ ਸਵਾਰਥ ਲੋਕ ਇਕੱਠੇ ਕਰ ਲਏ। ਉਹ ਕਹਿੰਦੇ ਨੇ ਪਿੱਛੇ ਜਿਹੜਾ ਗ੍ਰਾਹਾਂ ਦੀ ਨੱਥ ਜੀ ਦੇ ਹੱਥ 'ਚ ਆ ਪਿੱਛੇ, ਉਹ ਸਾਥੀ ਗਰੁੱਪ ਆ, ਉਹ ਕਹਿੰਦੇ ਅਸੀਂ ਮਾਰਕਸਵਾਦੀ ਲੈਨਵਾਦੀ ਮਾਓਵਾਦੀ ਹਾਂ, ਅਸੀਂ ਚੀਨ ਵਰਗਾ ਇਨਕਲਾਬ ਕਰਨਾ, ਇਸੇ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਔਰਗਨਾਈਜ਼ ਕਰ ਰਹੇ ਹਾਂ। ਧਨਿਕ ਹੁਣ ਧਨਿਕ ਸਾਨੂੰ ਕਰ ਰਹੇ ਨੇ, ਸਾਰਿਆਂ ਨੂੰ ਕਰ ਰਹੇ ਨੇ, ਪਰ ਉਹਦੇ ਵਿੱਚੋਂ ਕੀ ਆ ਵੀ ਉਹਦੇ ਨਾਲ ਨੇੜੇ ਤੇੜੇ ਦਾ ਵਾਸਤਾ ਨਹੀਂ ਗਾ। ਹੁਣ ਆਮ ਤੌਰ 'ਤੇ ਜਿਹੜਾ ਪੀਲਾ ਪਰਨਾ, ਪਹਿਲਾਂ ਦੀ ਗੱਲ ਕਰ ਲਈਏ, ਪੀਲਾ ਪਰਨਾ ਇਹ ਕਹਿੰਦੇ ਧਿਰ ਕਹਿੰਦੀ ਆ ਵੀ ਅਸੀਂ ਸ਼ਹੀਦ ਭਗਤ ਸਿੰਘ ਦੇ ਹੱਕੀ ਵਾਰਸ ਹਾਂ, ਉਹਦੇ ਵਿਚਾਰਧਾਰਾ ਨੂੰ ਲੈ ਕੇ ਚੱਲਦੇ ਹਾਂ। ਜਿਹੜਾ ਬਸੰਤੀ ਰੰਗ ਆ, ਇਹ ਬਸੰਤੀ ਰੰਗ ਭਗਤ ਸਿੰਘ ਦਾ ਪ੍ਰਤੀਕ ਆ ਕਿ ਉਹਨੇ ਗੀਤ ਗਾਉਂਦਾ ਸੀਗਾ ਮੈਂ ਮੇਰਾ ਰੰਗ ਦੇ ਬਸੰਤੀ ਚੋਲਾ, ਬਸੰਤੀ ਚੋਲੇ ਤੋਂ ਭਗਤ ਸਿੰਘ ਦੇ ਹੱਕੀ ਵਾਰਸਾਂ ਨੇ ਬਸੰਤੀ ਰੰਗ ਪੜਾ ਲਿਆ। ਹੁਣ ਜਿਹੜਾ ਇਹ ਬਦਨਾਮ ਉਹਨੇ ਗੱਲ 'ਚ ਪਾਇਆ ਵਾ, ਹੁਣ ਇਹ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਵੀ ਬਦਨਾਮ ਕਰਦਾ, ਕਿਉਂਕਿ ਜ਼ਬਰ ਦਾ ਪ੍ਰਤੀਕ ਬਣ ਗਿਆ ਦਲਿਤ ਵਰਗ ਲਈ ਪੀਲਾ ਰੰਗ, ਵੀ ਯਾਰ ਪੀਲਾ ਰੰਗ ਦਾ ਪਰਨਾ ਪਾ ਕੇ ਗਿਆ ਉਹ। ਇਹ ਭਗਤ ਸਿੰਘ ਦੀ ਥੋਟ ਨੂੰ ਵੀ ਬਦਨਾਮ ਕਰਨ ਦਾ ਬਦਲ, ਭਗਤ ਸਿੰਘ ਦਾ ਨਾਂ ਦਲਿਤ ਵਰਗ ਨਾਲ ਕੋਈ ਇਸ ਤਰ੍ਹਾਂ ਜ਼ਬਰ ਕਰਨ ਦਾ ਸੀ, ਉਹ ਤਾਂ ਆਜ਼ਾਦੀ ਚਾਹੁੰਦਾ ਸੀਗਾ, ਉਹਦਾ ਮਹੱਤਵ ਸਾਡੇ ਲੱਖ ਹੋ ਸਕਦੇ ਆ। ਉਹ ਤਾਂ ਇਹ ਚਾਹੁੰਦਾ ਸੀ ਵੀ ਇੱਕ ਸੋਸ਼ਲ ਲਜਮਾਵੇ, ਸਮਾਜਵਾਦੀ ਸਮਾਜ, ਸਮਾਜ ਦੀ ਬਰਾਬਰੀ ਦਾ ਸਮਾਜ। ਇਹ ਰੰਗ ਦਾ ਪ੍ਰਤੀਕ ਬਸੰਤੀ ਤਾਂ ਉਹਦਾ ਸੀਗਾ, ਪਰ ਬਣ ਗਿਆ ਜ਼ਬਰ ਦਾ ਪ੍ਰਤੀਕ। ਜਦੋਂ ਹੁਣ ਭਗਤ ਸਿੰਘ ਦਾ ਰੰਗ ਮਨਜੀਤ ਸਿੰਘ ਵਰਗੇ ਇੱਕ ਜ਼ੁਲਮੀ ਬੰਦੇ ਦੇ ਗਲ 'ਚ ਪਾਇਆ ਵਾ, ਤਾਂ ਭਗਤ ਸਿੰਘ ਦੀ ਰੂਹ 'ਤੇ ਕੀ ਬੀਤਦੀ ਹੋਊ? ਜਾਂ ਭਗਤ ਸਿੰਘ ਜਿਹੜੇ ਹੱਕੀ ਵਾਰਸ ਆ, ਜਿਹੜੇ ਹੋਰ ਹੈਗੇ ਇਸ ਤਰ੍ਹਾਂ, ਉਹਨਾਂ ਨੂੰ ਤਾਂ ਕੰਡੈਮ ਕਰਨਾ ਚਾਹੀਦਾ ਵੀ ਇਹ ਭਗਤ ਸਿੰਘ ਦੀ ਵਿਚਾਰਧਾਰਾ ਦਾ ਕਤਲ ਹੈ, ਇੱਕ ਦਲਿਤ ਵਰਗ 'ਤੇ ਨਮਾੜਿਆਂ ਨਾਲ ਪੀੜੇ ਹੋਏ, ਜਿਹੜਾ ਆਰਥਿਕ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ ਪੀੜਿਆ ਹੋਇਆ ਵਰਗ ਆ, ਜਿਹੜਾ ਮੈਟਰ ਹੀ ਨਹੀਂ ਕਰਦਾ ਕਿਸੇ ਗੱਲ 'ਚ ਸਮਾਜ ਦੇ ਵਿੱਚ, ਉਹਨੂੰ ਕੁੱਟਮਾਰ ਕਰਨੀ, ਤਾਂ ਫਿਰ ਭਗਤ ਸਿੰਘ ਦਾ ਪਾ ਕੇ ਰੰਗ ਇਹ ਪੇਸ਼ ਹੋਣਾ ਨਾਇਕ ਦੇ ਤੌਰ 'ਤੇ, ਇਹ ਬਹੁਤ ਵੱਡੇ ਖਤਰੇ ਨਿਸ਼ਾਨੇ ਦੂਜੀਆਂ ਧਿਰਾਂ ਨੂੰ, ਕਮਿਊਨਿਸਟ ਧਿਰਾਂ ਨੇ, ਇਸ ਗੱਲ ਨੂੰ ਕੰਡੈਮ ਕਰਨਾ ਚਾਹੀਦਾ। ਮੈਂ ਸਮਝਦਾ ਉਗਰਾਹਾਂ ਦੀ ਸਟੇਟਮੈਂਟ, ਜੋਗਿੰਦਰ ਸਿੰਘ ਉਗਰਾਹਾਂ ਦੀ ਇਹ ਵੀ ਸਟੇਟਮੈਂਟ ਆਉਂਦੀ ਹੈ ਇਸ ਮਾਮਲੇ ਦੇ ਉੱਤੇ ਕਿ ਮਨਜੀਤ ਸਿੰਘ ਰਾਚੋ ਦੇ ਬੇਟੇ ਨੂੰ ਉਹਨਾਂ ਨੇ ਕੁੱਟਮਾਰ ਕੀਤੀ ਸੀ, ਹਾਂਜੀ, ਉਹਨੂੰ ਗਾਲਾਂ ਕੱਢੀਆਂ ਸੀ, ਜਿਸਦੇ ਵਿਰੋਧ ਦੇ ਵਿੱਚ ਇੱਕ ਅੰਦਰੋਂ ਪਿਤਾ ਦੀ ਆਤਮਾ ਜਾਗੀ ਅਤੇ ਆਪਣੇ ਪੁੱਤ ਨੂੰ ਜਿਨ੍ਹਾਂ ਨੇ ਗਾਲਾਂ ਕੱਢੀਆਂ ਉਹਨਾਂ ਨੂੰ ਵਿਰੋਧ ਜ਼ਾਹਿਰ ਕਰਨ ਲਈ ਉਹਨਾਂ ਦੀ ਜਿਹੜੀ ਕੁੱਟਮਾਰ ਹੈ ਉਹ। ਹਾਂ ਦੇਖੋ, ਇਹ ਵੀ ਬਿਹਾਰ 'ਚ ਤਰਾਈ ਆ ਵੀ, ਪਹਿਲੀ ਗੱਲ ਤਾਂ ਇਹ ਵੀ ਹੁਣ ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਇਹ ਸੰਕੇਤ ਆ ਵੀ ਜੇ ਕਿਸੇ ਦੇ ਮੁੰਡੇ 'ਤੇ ਕੋਈ ਮਾੜਾ ਮੋਟਾ ਕੋਈ ਥੱਪੜ ਮਾਰ ਦਿਓ, ਕੁੱਟਮਾਰ ਕਰ ਦਿਓ, ਵੀ ਜਾ ਕੇ ਉਹਨੂੰ ਲੱਤਾਂ ਭੰਨ ਦਿਓ, ਵੀ ਅਦਲੇ ਦਾ ਬਦਲਾ ਹੋ ਗਿਆ, ਵੀ ਇਹ ਤੁਹਾਡੀ ਕਰਤੀ ਕੁੱਟਮਾਰ, ਕਿਸੇ ਕਾਨੂੰਨ ਨੂੰ ਲਾਗੂ ਨਹੀਂ ਕਰਨਾ, ਕੋਈ ਹੋਰ ਨਹੀਂ ਕਰਨਾ, ਤਕੜੀ ਧਿਰ ਆ ਜਿਹੜੀ ਉਹ ਮਾੜੀ ਨੂੰ ਕੁੱਟ ਦੂ, ਇਹਦਾ ਗ੍ਰਾਹਾਂ ਦਾ ਸਿੱਧਾ ਸੰਕੇਤ ਆ ਵੀ ਕੁੱਟ ਦਿਓ ਮਾਰ ਦਿਓ। ਜਦੋਂ ਆਮ ਗੱਲ ਕਰਦੇ ਨੇ ਜਦੋਂ ਕੋਈ ਦਲਿਤਾਂ 'ਤੇ ਜ਼ਬਰ ਹੁੰਦਾ, ਉਦੋਂ ਕਹਿਣਗੇ ਵੀ ਭਾਈਚਾਰਕ ਏਕਤਾ ਬਹੁਤ ਜ਼ਰੂਰੀ ਆ, ਇਹ ਮਸਲਾ ਆਪਸੀ ਰਸਨਾ ਨਾਲ, ਆਪਸੀ ਸਹਿਮਤੀ ਨਾਲ ਹੱਲ ਕਰੋ ਬੈਠ ਕੇ। ਫਿਰ ਹੁਣ ਆਗੂ ਨੂੰ ਇਹ ਮਤ ਕਿਉਂ ਦਿੱਤੇ ਭਾਈ ਵੀ ਜੇ ਤੇਰੇ ਮੁੰਡੇ 'ਤੇ ਕੋਈ ਕੁੱਟਮਾਰ ਕੀਤੀ ਆ, ਇਹ ਮਸਲਾ ਆਪਸੀ ਸਹਿਮਤੀ ਨਾਲ ਹੱਲ ਕਰੋ, ਇਹ ਆਪਸੀ ਸਹਿਮਤੀ ਨਾਲ ਹੱਲ ਹੋਣਾ ਚਾਹੀਦਾ, ਇਹ 'ਤੇ ਸਹਿਜ ਵਰਤਣਾ ਚਾਹੀਦਾ। ਉਹ ਜਿਹੜੇ ਹਿਸਾਬ ਨਾਲ ਜ਼ੁਲਮ ਕਰ ਰਿਹਾ ਹੈਗਾ, ਪਹਿਲੀ ਗੱਲ ਤਾਂ ਮੁੰਡੇ 'ਤੇ ਇੰਨੀ ਕੁੱਟਮਾਰ ਨਹੀਂ, ਉਹ ਜਿਹੜੇ ਗ੍ਰਾਹਾਂ ਝੂਠ ਬੋਲ ਰਿਹਾ, ਕਮਿਊਨਿਟੀ ਨਾਲ ਝੂਠ ਬੋਲ ਰਿਹਾ ਵੀ ਕੁੱਟਮਾਰ ਕੀਤੀ, ਵੀ ਮੁੰਡੇ 'ਤੇ ਬੜੀ ਜਾਨਲੇਵਾ ਹਮਲਾ ਕੀਤਾ, ਉਹ ਮੁੰਡਾ ਤਾਂ ਉਹ ਮੁੰਡੇ ਨੇ ਫੜਨ ਦੇ ਬੱਚਾ, ਜਿਹੜੀ ਕਮੇਟੀ ਬਣੀ ਆ, ਇਹ ਜਿਹੜੇ ਮੁੰਡੇ ਫੜੇ ਨੇ ਜਿਹਨਾਂ ਦੀ ਕੁੱਟਮਾਰ ਹੋਈ ਆ, ਉਹ ਮੁੰਡੇ ਨੇ ਤਾਂ ਫੜਾਏ ਨੇ ਕੁੱਟ ਕੇ ਭੱਜ ਕੇ, ਜੇ ਉਹਨੇ ਕੁੱਟਮਾਰ ਕੀਤੀ ਉਹਦਾ ਹਸਪਤਾਲ 'ਚ ਦਾਖਲ ਹੋਇਆ ਹੁੰਦਾ, ਫਿਰ ਤਾਂ ਉਹਨੂੰ ਗੁੱਸਾ ਨੇ, ਮੇਰੇ ਤਾਂ ਮੁੰਡਾ ਹਸਪਤਾਲ 'ਚ ਪਿਆ ਯਾਰ, ਮੈਂ ਵੀ ਲੱਤਾਂ ਤੋੜਦਾ, ਮੇਰੇ ਮੁੰਡੇ ਦੀਆਂ ਲੱਤਾਂ ਤੋੜਤੀਆਂ, ਇਹ ਜਿਹੜਾ ਰੁਝਾਨ ਆ ਇਹ ਵੈਸੇ ਹੀ ਗਲਤ ਆ, ਕਿਉਂਕਿ ਹੁਣ ਕੁੱਟਮਾਰ ਮੰਨ ਲਓ ਕੱਲ੍ਹ ਨੂੰ ਕਿਸੇ ਅਦਾਲਤ ਦੇ ਕਿਸਾਨ ਤਾਂ ਜ਼ਬਰ ਕਰਦੇ ਹੀ ਕਰਦੇ ਆ, ਤਾਂ ਸੁਭਾਗ ਇਹਨਾਂ ਸਦਕਾ ਤੋਂ ਕਰ ਰਹੇ ਨੇ, ਉਹਨਾਂ ਦਾ ਹੁੰਦਾ ਹੀ ਹੁੰਦਾ, ਇਸ ਪਿੰਡ ਦੇ ਕਿਤੇ ਹੋਰ ਪਿੰਡ ਹੋ ਜੂ। ਹੁਣ ਕੋਈ ਕੱਲ੍ਹ ਨੂੰ ਦਲਿਤ ਨੂੰ ਜੇ ਉਗਰਾਹਾਂ ਕਹਿੰਦਾ, ਉਗਰਾਹਾਂ ਮਗਰ ਲੱਗ ਗਈ, ਕੱਲ੍ਹ ਨੂੰ ਹੁਣ ਦਲਿਤ ਕਿਸੇ ਦਾ ਗਾਟਾ ਲਾ ਦੇਵੇ, ਅਤੇ ਫਿਰ ਉਗਰਾਹਾਂ ਉਹਦੇ ਪਿੱਛੇ ਖੜੂਗਾ ਵੀ ਹਾਂ ਵੀ ਜਦ ਨੂੰ ਗੁੱਸਾ ਆ ਗਿਆ ਦਲਿਤ ਨੂੰ ਉਹਨੇ ਗਾਟਾ ਲਾਤਾ। ਇਹ ਬਿਹਾਰ 'ਚ ਤਰਾਂਜਾ ਕਰ ਰਿਹਾ ਉਗਰਾਹਾਂ, ਕਮੇਨਗੀ ਦੇ ਪੱਧਰ 'ਤੇ ਜਾ ਕੇ ਕਰ ਰਿਹਾ, ਕਿ ਉਸ ਬੰਦੇ ਨੂੰ ਇਹ ਉਹਦੀ ਪੁਸਤਪਨਾ ਹੀ ਕਰ ਰਹੇ ਨੇ, ਜੋ ਉਹਨਾਂ ਨੇ ਕੱਲ੍ਹ ਆਪਣੀ ਤਾਕਤ ਦਾ ਧੌਂਸ ਦਾ ਗੁੰਡਾਗਰਦੀ ਦਾ ਅਸਲੀਲ ਮੁਜ਼ਾਹਰਾ ਕੀਤਾ, ਉਹ ਮੈਂ ਪਹਿਲਾਂ ਕਹਿ ਰਿਹਾ
ਵੀ ਪੁਲਿਸ ਨੂੰ ਦਬਕਾਉਣ ਦਾ ਦਲਿਤਾਂ ਨੂੰ ਦਬਕਾਉਣ ਵਾਲੀ ਇੱਕ ਕਾਰਵਾਈ ਸੀਗੀ ਇਹਦੀ। ਉਗਰਾਹਾਂ ਨੇ ਇਹ ਵੀ ਸਪਸ਼ਟੀਕਰਨ ਦਿੱਤਾ ਹੈ ਕਿ ਉਹਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਹ ਮੁੰਡੇ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ, ਨਾ ਗਾਲਾਂ ਕੱਢੀਆਂ ਨਾ ਕੋਈ ਜਾਤੀ ਅਪਸ਼ਬਦ ਬੋਲੇ। ਮਨਜੀਤ ਸਿੰਘ ਘਰਾਚੋ ਨੂੰ ਪਤਾ ਹੀ ਨਹੀਂ ਸੀ ਵੀ ਉਹ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ। ਦੇਖੋ ਜੇ ਉਗਰਾਹਾਂ ਇਹ ਕਹਿ ਰਿਹਾ, ਉਗਰਾਹਾਂ ਇੱਥੇ ਫਿਰ ਕਮੀਨਗੀ ਕਰ ਰਿਹਾ ਸਿਰੇ ਦੀ, ਜਿਹੜਾ ਦਲਿਤ ਭਾਈਚਾਰਾ ਅਤੇ ਕਿਸਾਨ ਭਾਈਚਾਰਾ ਅੱਡੋ ਅੱਡੀ ਖੜਾ ਦੀ, ਇਹ ਤਾਂ ਮੈਂ ਕਹਿੰਦਾ 100 ਬੰਦੇ ਤੋਂ ਪਛਾਣਿਆ ਜਾਂਦਾ। ਉਹਨਾਂ ਦੇ ਜਿਹੜੇ ਵਿਚਾਰਿਆਂ ਦੇ ਸੁੱਕੇ ਸੜੇ ਲੀੜੇ ਮਾੜੇ ਮੋਟੇ ਕੱਪੜੇ, ਉਹੀ ਦੱਸ ਦਿੰਦੇ ਵੀ ਇਹ ਤਾਂ ਗਰੀਬ ਵਰਗ ਨਾਲ ਸੰਬੰਧ ਦਿੱਤਾ, ਇਹ ਦਲਿਤ ਵਰਗ ਨਾਲ ਸੰਬੰਧ ਦਿੱਤਾ। ਜਿਹੜਾ ਕਿਸਾਨ ਭਾਈਚਾਰਾ ਉਹਦੇ ਜਿਹੜੇ ਬੋਡੀ ਜਿਸ ਤਰ੍ਹਾਂ ਲੀੜਾ ਕੱਪੜਾ ਪਹਿਨਣ ਦਾ ਰੰਗ ਢੰਗ, ਚਾਹੇ ਉਹ ਗਰੀਬੀ 'ਚੋਂ ਹੀ ਹੋਣ, ਉਹਨਾਂ ਜ਼ਮੀਨ ਅਸਮਾਨ ਦਾ ਫਰਕ, ਉਹਨਾਂ ਦੀਆਂ ਔਰਤਾਂ ਨਾਲ ਜ਼ਮੀਨ ਅਸਮਾਨ ਦਾ ਫਰਕ। ਤੁਸੀਂ ਰੋਜ਼ ਪੱਤਰਕਾਰੀ ਕਰ ਦਿਓ, ਦਲਿਤ ਵਰਗ ਦੀਆਂ ਔਰਤਾਂ ਖੜਾ ਦੀ, ਕਿਸਾਨ ਵਰਗ ਦੀਆਂ ਔਰਤਾਂ ਖੜਾ ਦੀ, ਉਹਦੇ ਚਿਹਰੇ ਮੋਹਰੇ, ਉਹਦੇ ਰੰਗ ਰੂਪ, ਉਹਦੇ ਸੂਟ ਪਾਏ ਵਿੱਚ ਚਾਹੇ ਪੁਰਾਣੇ ਪਾਏ ਹੋਣ, ਤਾਂ ਦੂਜੇ ਪਾਸੇ ਦਲਿਤ ਵਰਗ ਦੀਆਂ ਔਰਤਾਂ ਦੇ, ਤਾਂ ਅੰਨਿਆਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਵਰਗ ਨਾਲ ਸੰਬੰਧ ਆ। ਜੇ ਇਹ ਗ੍ਰਾਹਾਂ ਝੂਠ ਬੋਲਦਾ, ਜੇ ਉਹਨੂੰ ਪਤਾ ਲੱਗ ਗਿਆ ਸੀ, ਉਹਨੂੰ ਪਤਾ ਸੀ ਉਹਦੇ ਮੁੰਡੇ ਦਾ ਕੋਈ ਉਹਨਾਂ ਨਾਲ ਸੰਬੰਧ ਆ, ਬਣਦਾ ਵੀ ਆ, ਇਹ ਆਈ ਹੋਇਆ ਵੀ ਹੋ ਸਕਦਾ ਇਹਦਾ ਮੁੰਡਾ ਨਸ਼ਾ ਵੇਚਦਾ ਹੋਵੇ ਜਾਂ ਨਸ਼ਾ ਖਾਂਦਾ ਹੋਵੇ, ਇਹਨੂੰ ਵੀ ਪਤਾ ਸੀ ਮਨਜੀਤ ਸਿੰਘ ਨੂੰ ਵੀ ਕੌਣ ਆ ਬੰਦੇ ਇਹ, ਐਵੇਂ ਨਹੀਂ ਮਗਰ ਕੁੱਟਿਆ। ਜੇ ਮਾੜੀ ਮੋਟੀ ਮੂਹਰੇ ਧਿਰ ਦੂਜੀ ਹੁੰਦੀ ਨਾ, ਉਹਨੂੰ ਪਤਾ ਲੱਗਦਾ ਵੀ ਇਹ ਮੂਹਰੇ ਝੋਟੀਆਂ 'ਚ ਗਾ ਦੂ, ਐਂ ਨਹੀਂ ਘੁੱਟ ਸਕਦਾ ਸੀਗਾ ਉਹ, ਇਹ ਝੂਠ ਬੋਲਦਾ ਸੀਗਾ ਰਾਮ, ਇਹਨੂੰ ਪਤਾ ਹੀ ਨਹੀਂ ਸੀ ਇਹ ਕੌਣ ਆ, ਪਤਾ ਕਿਵੇਂ ਨਾ ਹੋਵੇ ਬੰਦੇ ਦਾ ਪਤਾ ਲੱਗ ਜਾਂਦਾ ਕੌਣ ਆ। ਹੁਣ ਇੱਥੇ ਰਿਕਸ਼ੇ ਵਾਲਾ ਜਾ ਰਿਹਾ, ਇੱਥੇ ਮਜ਼ਦੂਰ ਜਾ ਰਿਹਾ, ਸਾਨੂੰ ਪਤਾ ਕੀ ਆ ਬੰਦਾ ਕਿਹੜੀ ਹੈਸੀਅਤ ਦਾ ਹੈਗਾ, ਇਹਦੀ ਸਮਾਜਿਕ ਹੈਸੀਅਤ ਕੀ ਆ, ਇਹਦੀ ਆਰਥਿਕ ਹੈਸੀਅਤ ਕੀ ਆ, ਤੁਹਾਨੂੰ ਬੰਦੇ ਦੀ ਬੋਡੀ ਜੈਸਚਰ ਤੋਂ ਪਤਾ ਲੱਗ ਜਾਂਦਾ ਬੋਡੀ ਕੀ ਆ। ਉਹ ਤਾਂ ਬੰਦੇ ਜਿਹੜੇ ਹੁਣ ਆਏ ਆ, ਜਿਹੜੇ ਇੱਥੇ ਲੀੜੇ ਪਾਏ ਆ, ਜਿੰਨੇ ਕਮਜ਼ੋਰ ਆ, ਤੁਹਾਨੂੰ ਉਹਦੇ ਪਤਾ ਲੱਗ ਜਾਂਦਾ। ਉਹ ਤਾਂ ਵਿਚਾਰੇ ਨਸ਼ਿਆਂ ਦੇ ਖਾਧੇ ਪਏ ਨੇ, ਕੰਮ ਦੇ ਖਾਧੇ ਪਏ ਨੇ, 14-14 ਘੰਟੇ ਕੰਮ ਕਰਨੇ, ਉਹਨਾਂ ਕੋਲ ਤਾਕਤ ਕਿੱਥੇ ਆ। ਦੂਜੇ ਪਾਸੇ ਕਿਸਾਨਾਂ ਦੇ ਮੁੰਡੇ ਨੌਜਵਾਨ ਖੜਾ ਕੇ ਦੇਖ ਲਿਓ ਕਿਤੇ, ਤੁਹਾਨੂੰ ਉਹਦੇ ਪਰਖ ਆਜੂ। ਇੱਕ ਪਾਸੇ ਇਹਦੇ ਮੁਜ਼ਾਹਰੇ 'ਤੇ ਜਾ ਵੜੋ ਤੁਸੀਂ, ਦੂਜੇ ਪਾਸੇ ਦੇਖੇ ਮਜ਼ਦੂਰ ਜੁਨੀਅਰ ਦੇ ਮੁਜ਼ਾਹਰੇ ਲਾਏ ਹੁੰਦੇ ਆ, ਉਹਨਾਂ ਦੀ ਫੋਟੋ ਖਿੱਚ ਲਿਓ, ਤੁਸੀਂ ਤਾਂ ਰੋਜ਼ ਕਰਦੇ ਹੋ, ਜ਼ਮੀਨ ਅਸਮਾਨ ਦਾ ਫਰਕ ਆ, ਕਿਉਂ ਨਹੀਂ ਮਿਲਦੀ ਸ਼ਕਲ। ਅਗਰਾਹਾਂ ਦੇ ਪਤਾ ਨਹੀਂ ਕਿਹੜੀਆਂ ਐਨਕਾਂ ਲੈਂਦੇ ਹੁੰਦੇ ਸਿਆਸੀ, ਜਿਹੜੀ ਉਹ ਐਂ ਲਾ ਮੈਨੂੰ ਫਰਕ ਕਿੰਨੇ ਦੇਰ ਉਹਦਾ ਕਿਸਾਨ ਅਤੇ ਮਜ਼ਦੂਰ 'ਚ, ਇਹ ਤਾਂ ਅੰਨਿਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਆਹ ਯਾਰ ਮਜ਼ਦੂਰ ਵਰਗ ਨਾਲ ਬੰਦਾ, ਆਹ ਜੱਟ ਵਰਗ ਨਾਲ ਬੰਦਾ ਸੰਬੰਧ ਦਿੱਤਾ। ਸੋ ਅਗਰਾਹਾਂ ਤਾਂ ਝੂਠ ਬੋਲ ਰਿਹਾ, ਉਹਨੂੰ ਦੋਸ਼ੀ ਨੂੰ ਬਚਾਉਣ ਦਾ ਕਮੀਨਗੀਆਂ ਕਰ ਰਿਹਾ ਮੈਂ ਕਹਿੰਦਾ। ਸਭ ਤੋਂ ਵੱਡੀ ਜਥੇਬੰਦੀ ਦੇ ਤੌਰ 'ਤੇ ਵੇਖਿਆ ਜਾਂਦਾ ਹੈ ਜੋਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਮਾਲਵੇ ਦੇ ਵਿੱਚ ਸਭ ਤੋਂ ਵੱਡੀ ਜਥੇਬੰਦੀ ਦੇ ਵਜੋਂ ਵੇਖਿਆ ਜਾਂਦਾ ਹੈ। ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕੀਤੀ ਸੀ, ਕਿਸਾਨ ਅੰਦੋਲਨ ਇੱਕ ਦੀ ਜੇ ਗੱਲ ਕਰੀਏ ਤਾਂ ਉਹਦੀ ਜਿੱਤ ਦਾ ਜਿਹੜੇ 60% ਸਿਰ ਹੈ ਉਹ ਉਗਰਾਹਾਂ ਦੇ ਸਿਰ ਜਾਂਦਾ। ਹਾਂਜੀ, ਦੇਖੋ ਮੈਂ ਤਾਂ ਪਹਿਲਾਂ ਕਹਿੰਦਾ ਵੀ ਇਹਦਾ ਨੁਕਸਾਨ ਪੰਜਾਬ ਨੂੰ ਕੀ ਹੋਇਆ, ਇਹ ਜਿਹੜੀਆਂ ਜਥੇਬੰਦੀਆਂ ਉਗਰਾਹਾਂ ਦੀਆਂ ਜਾਂ ਪੰਜਾਬ ਕਿਸਾਨ ਯੂਨੀਅਨ ਬਣੀਆਂ, ਇਹਨਾਂ ਨੇ ਪੰਜਾਬ ਦਾ ਪਾਣੀ ਖਤਮ ਕਰਤਾ ਧੱਕੇ ਨਾਲ। ਜਿਹਦੇ ਕੋਲ 10 ਹਾਰਸ ਪਾਵਰ ਦਾ ਮੋਟਰ ਦਾ ਕਨੈਕਸ਼ਨ ਆ, ਉਹਨੇ 25 ਹਾਰਸ ਪਾਵਰ ਦੀ ਪਾਈ ਵੀ ਆ, ਪਰ ਨਾ ਪਾ ਕੇ। ਪਿੱਛੇ ਜੇ ਤੁਸੀਂ ਖਬਰ ਪੜ੍ਹੀ ਹੋਣੀ ਆ, ਵੀਡੀਓ ਦੇਖੀ ਹੋਣੀ ਆ, ਉਹ ਕਿਸਾਨ ਯੂਨੀਅਨ ਦੇ ਆਗੂ ਸੀ, ਉਹ 3 ਦਿਨ ਮੋਟਰ ਲਗਾਤਾਰ ਇੱਕ ਬਾਹਰ ਚੱਲੀ ਗਈ। ਇਹਨਾਂ ਨੇ ਪੰਜਾਬ ਦਾ ਫਲੋਰਾ ਐਂਡ ਫੋਨਾ ਖਤਮ ਕਰਤਾ, ਪੰਜਾਬ ਦਾ ਵਾਤਾਵਰਨ ਖਰਾਬ ਕਰਤਾ, ਆਪ ਇੱਥੇ ਰਹਿਣਾ ਨਹੀਂ ਉਹਨੇ। ਇਹਨਾਂ ਸੱਜੇ ਕਿਸਾਨ, ਸਾਰੇ ਕਿਸਾਨ ਆ, ਚਾਹੇ ਉਹ ਗ੍ਰਾਹਾਂ 'ਚ ਕੰਮ ਕਰਦਾ, ਚਾਹੇ ਡਕੌਂਦਾ 'ਚ ਕੰਮ ਕਰਦਾ, ਸਾਰਾ ਦਾ ਕੈਨੇਡਾ ਭੱਜਣਾ, ਇਹਦੇ ਬੱਚੇ ਜਾ ਰਹੇ ਨੇ, ਪਰ ਇਹ ਪੰਜਾਬ ਦੀ ਬਰਬਾਦੀ ਦਾ ਕਾਰਨ ਵੀ ਬਣ ਗਏ। ਕੋਈ ਇਹਨੂੰ ਅੱਗ ਲਾਉਂਦੇ ਨੇ, ਲੱਖਾਂ ਹਰ ਸਾਲ ਦਰੱਖਤ ਸਾੜਦੇ ਨੇ। ਮੈਂ ਇੱਕ DF ਨੂੰ ਫੋਨ ਕੀਤਾ, ਮੈਂ ਕਿਹਾ ਨਹਿਰ ਦੇ ਵਿੱਚ ਅੱਗ ਲੱਗੀ ਪਈ ਆ, ਅੱਜ ਜਿਹੜੇ ਨਾਲ ਦੇ ਖੇਤ ਵਾਲਿਆਂ ਨੇ ਲਾਈ ਆ, ਉੱਥੇ ਕੋਈ ਹੈ ਨਹੀਂ, ਇੰਨਾ ਦਰੱਖਤ ਸੜ ਰਹੇ ਨੇ ਅੱਗ, ਮੀਲਾਂ ਬੱਧੀ ਜਾ ਰਹੀ ਆ ਕੇ ਫੜ। ਉਹ ਕਹਿੰਦੇ ਅਸੀਂ ਤਾਂ ਫੜਦੇ ਨਹੀਂ। ਮੈਂ ਕਿਉਂ, ਕਹਿੰਦਾ ਸਾਡੇ ਮੁਲਾਜ਼ਮਾਂ ਤੋਂ ਬੰਨ ਲੈਣਗੇ ਉੱਥੇ, ਇੰਨਾ ਟੈਰਰ। ਮੈਂ ਕਹਿੰਦਾ ਅੱਤਵਾਦ ਪੈਦਾ ਹੋ ਗਿਆ ਇਹ। ਉਹ ਕਹਿੰਦਾ ਸਾਡੇ ਤਾਂ ਮੁਲਾਜ਼ਮਾਂ ਨੂੰ ਬੰਨ ਲੈਣਗੇ ਇਹ, ਅੱਗ ਲੱਗੀ ਜਾਣ ਤਾਂ ਸਾਨੂੰ ਕੀ ਆ, ਕਹਿੰਦਾ ਸਾਡੇ ਤਾਂ ਉੱਪਰ ਤੁਸੀਂ ਪੰਗਾ ਲਿਓ। ਸੋ ਇਹ ਜਿਹੜਾ ਹੈਗਾ ਨਾ,
ਇਹਦਾ ਪੋਜ਼ਿਟਿਵ ਦੀ ਮੈਂ ਨੈਗੇਟਿਵ ਪੰਜਾਬ ਨੇ ਬਰਬਾਦੀ ਦੇ ਰਾਹ ਪੈ ਗਏ ਨੇ। ਜਿਹੜਾ ਪਹਿਲਾਂ ਕਹੇਗਾ ਵੀ ਦਲਿਤ ਵਰਗ ਅਤੇ ਹਿੰਦੂ ਵਰਗ ਲਈ ਬਹੁਤ ਵੱਡਾ ਖਤਰਾ, ਇਹ ਪੰਜਾਬ ਦੇ ਵਾਤਾਵਰਨ ਲਈ, ਪੰਜਾਬ ਦੇ ਪਾਣੀ ਲਈ, ਪੰਜਾਬ ਦੇ ਫਲੋਰਾ ਐਂਡ ਫੌਨਾ ਲਈ ਵੀ ਬਹੁਤ ਵੱਡਾ ਖਤਰਾ ਬਣ ਗਿਆ ਜਿਹਨੂੰ ਕਹਿੰਦਾ। ਚਲੋ ਉਹਦੇ ਲਈ ਹਾਂ, ਤਾਂ ਹੁਣ ਜਿਹੜੀ ਬਿਜਲੀ ਆ ਉਹ ਧੱਕੇ ਨਾਲ ਵਰਤ ਰਿਹਾ। ਮੈਨੂੰ ਇੱਕ ਮਿਸਾਲ ਦਿੰਦਾ, ਇੱਕ ਬਰਨਾਲੇ ਤੋਂ ਮੈਨੂੰ ਇੱਕ ਜੇਈ ਕਹਿੰਦਾ, ਕਹਿੰਦਾ ਸਾਡਾ ਐਕਸ਼ਨ ਨਵਾਂ ਆ ਗਿਆ ਹਿੰਦੂ, ਕਹਿੰਦਾ ਤੀਜੇ ਕਿ ਦਿਨ ਤੋਂ ਕੋਟ ਦੁੰਨੇ ਵੱਲ ਦੇ ਬੰਦੇ ਸਾਡੇ ਟਰਾਂਸਫਾਰਮ ਛੱਡ ਗਿਆ, ਟਰਾਂਸਫਾਰਮ ਚਾਹੀਦਾ। ਕਹਿੰਦਾ ਉਹਨੂੰ ਇੱਕ ਵਾਰੀ ਦਿੱਤਾ, ਦੂਜੀ ਵਾਰ ਫਿਰ ਆ ਗਏ, ਉਹ ਕਹਿੰਦਾ ਯਾਰ ਤੁਹਾਡੇ ਇੰਨੀਆਂ ਮੋਟਰਾਂ 'ਤੇ ਇੰਨਾ ਲੋਡ ਆ, ਵਾਰ ਵਾਰ ਟਰਾਂਸਫਰ ਕਿਵੇਂ ਛੱਡ ਜਾਂਦਾ, ਮੈਂ ਨਹੀਂ ਦੇਣਾ। ਕਹਿੰਦਾ ਮੁੜ ਕੇ ਉਹ ਕਹਿੰਦੇ ਚੰਗਾ ਤਾਂ ਨਹੀਂ ਦੇਣਾ, ਅਸੀਂ ਧਰਨਾ ਲਾਵਾਂਗੇ। ਕਹਿੰਦਾ ਮੈਂ ਉਹਨੂੰ ਲਿਜਾ ਕੇ ਸਮਾਇਆ, ਤੂੰ ਨਵਾਂ ਗਾ, ਇਹ ਲੋਡ ਤਾਂ ਕਾਗਜ਼ਾਂ 'ਚ ਆ, ਹਕੀਕੀ ਤੌਰ 'ਤੇ ਲੋਡ ਇੱਥੋਂ ਚੌਗੜਾ ਪੰਜਵਾਂ ਲੋਡ ਆ ਜਿਹੜਾ ਟਰਾਂਸਫਰ ਕਹਿੰਦਾ ਚੁਕਾ ਦੇ। ਕਹਿੰਦਾ ਮੁੜ ਕੇ ਉਹਨੂੰ ਹੱਥ ਮਰਕ ਲੈ ਜਾਓ ਚੱਕ ਕੇ, ਇਹ ਦਹਿਸ ਤਾ। ਹੁਣ ਉਹ ਜਿਹੜਾ ਪਾਣੀ ਵੀ ਕੱਢਣਗੀਆਂ ਮੋਟਰਾਂ, ਇੰਨੇ ਪਾਵਰ ਦੀਆਂ, ਪਾਣੀ ਵੀ ਤਾਂ ਕੱਢਣਗੀਆਂ ਨਾ, ਧਰਤੀ ਛੱਡਣਗੀਆਂ ਕਿੱਥੋਂ, ਜਿਹੜੇ ਵਰਗ ਨੇ ਪੀਣਾ ਆਪ ਤਾਂ ਉਹਨੇ ਕਨੇਡਾ ਚਲੇ ਜਾਣਾ। ਸੋ ਪੰਜਾਬ ਲਈ ਇਹ ਵਰਦਾਨ ਨੇ, ਪੰਜਾਬ ਲਈ ਸ਼ਰਾਬ ਬਣ ਗਈਆਂ, ਇਹਦੇ ਖਤਰਨਾਕ ਸਿੱਟਿਆਂ ਬਾਰੇ ਅੱਜ ਨਹੀਂ ਕਿਸੇ ਨੂੰ ਪਤਾ, ਇਹਦੇ ਸਿੱਟੇ ਬੜੇ ਖਤਰਨਾਕ ਨਿਕਲੇ। ਜਿਹੜੇ ਗ੍ਰਾਹਕ ਨਾ ਔਰਗਨਾਈਜ਼ ਕਰ ਲਿਆ ਇਸ ਤਰ੍ਹਾਂ ਕਿਸਾਨ ਨੂੰ, ਉਹਦਾ ਨੈਗੇਟਿਵ ਸਿੱਟਾ ਕੀ ਨਿਕਲਿਆ, ਤੁਸੀਂ ਉੱਧਰਲੇ ਪਾਸੇ ਧਿਆਨ ਦੇਵੋ। ਨਹੀਂ ਚਲੋ ਸਿੱਟੇ ਠੀਕ ਨੇ, ਕੁਛ ਗਰੀਬ ਕਿਸਾਨ ਵੀ ਨੇ, ਅਸੀਂ ਸਭ ਜਾਣਦੇ ਹਾਂ ਕਿ ਕਿਸ ਤਰ੍ਹਾਂ ਕਰਜ਼ੇ ਦੀ ਮਾਰ ਕਿਸਾਨ ਆਏ ਹੋਏ ਨੇ, ਬਹੁਤ ਸਾਰੇ ਕਿਸਾਨ ਗਰੀਬ ਵੀ ਨੇ, ਬਿਲਕੁਲ ਹਰ ਕੋਈ ਕੈਨੇਡਾ ਜਾਣ ਦੇ ਵਸਦਾ ਵੀ ਨਹੀਂ ਹੈ। ਆਪਾਂ ਇਸ ਕੇਸ ਦੀ ਗੱਲ ਕਰਦੇ ਹਾਂ ਤਾਂ SC ST ਐਕਟ ਦੀ ਜਿਹੜੀ ਗੱਲ ਹੈ ਉਹ ਇਹ ਕਹਿੰਦੇ ਨੇ ਵੀ ਅਸੀਂ ਤਾਂ ਜੋ ਮਰਜ਼ੀ ਹੋ ਜਾਏ ਐਕਟ ਨਹੀਂ ਅਸੀਂ ਲੱਗਣ ਦੇਣਾ, ਭਾਵੇਂ ਸਾਨੂੰ ਧਰਨੇ ਦੇਣੇ ਪੈਣ। ਕਿਉਂ ਨਹੀਂ ਲੱਗਣ ਦੇਣਾ, ਉਹਨਾਂ ਦੇ ਖਤਰਾ ਬਣਾਇਆ ਇਹ, ਇਹ ਤਾਂ ਬੀਪੀ ਸਿੰਘ ਨੇ ਬਣਾਇਆ, 89 ਦੇ ਵਿੱਚ 99 ਦੇ ਵਿੱਚ ਐਕਟ ਬਣਿਆ, ਇਹੀ ਤਾਂ ਬ੍ਰਾਹਮਣ ਕਹਿੰਦਾ, ਬ੍ਰਾਹਮਣਾਂ ਦਾ ਵੀ ਵਾਰ ਵਾਰ ਇਹ ਐਕਟ ਨੂੰ ਖਤਮ ਕਰਾਉਣ ਦਾ ਜ਼ੋਰ ਲੱਗਿਆ ਹੋਇਆ, ਅਪਰ ਕਾਸਟ ਹਿੰਦੂ ਦਾ ਜ਼ੋਰ ਲੱਗਿਆ ਵਾ ਵੀ ਐਕਟ ਖਤਮ ਹੋਵੇ, ਅਤੇ ਇਹੀ ਐਕਟ ਇਹਦਾ ਲੱਗਿਆ ਵਾ ਵੀ ਐਕਟ ਖਤਮ ਹੋਵੇ ਪੰਜਾਬ ਦੇ ਵਿੱਚ ਉਗਰਾਹਾਂ ਦਾ। ਇਹ ਤਾਂ ਮੇਨ 'ਚ ਵੀ ਬਿੱਲੀ ਥੈਲੋ ਬਾਹਰ ਆ ਗਈ ਵੀ ਇਹਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ, ਉਹ ਦਲਿਤਾਂ ਦੀ ਰਾਖੀ ਦੀ ਖਤਮ ਇੱਕੋ ਹੀ ਐਕਟ ਆ ਵਿਚਾਰਾ, ਜਿਹੜਾ ਬੀਪੀ ਸਿੰਘ ਨੇ ਆਪਣੀ ਕੁਰਬਾਨੀ ਦੇ ਕੇ ਗੱਦੀ ਦੀ ਇਹ ਐਕਟ ਲਾਗੂ ਕੀਤਾ ਵੀ ਮੇਲ ਐਕਟ ਨਹੀਂ ਰਿਹਾ, ਸਾਰੇ ਕਹਿੰਦੇ ਵੀ ਐਕਟ ਦੀ ਉਹ ਰਾਖੀ ਕਰ ਸਕਦਾ, ਹੋਰ ਕੋਈ ਨਹੀਂ ਰਾਖੀ ਕਰ ਸਕਦਾ, ਹੋਰ ਕਾਨੂੰਨ ਤਾਂ ਤੋੜ ਮਰੋੜ ਕਰਦਾ, ਇੱਕੋ ਐਕਟ ਇਹਨਾਂ ਦੀ ਰਾਖੀ ਕਰਦਾ, ਅਤੇ ਇਹੀ ਐਕਟ ਨੂੰ ਖਾਲੀ ਖਤਮ ਕਰਾਉਣ 'ਤੇ ਲੱਗੇ ਹੋਏ ਆ, ਰਿਜ਼ਰਵੇਸ਼ਨ ਇਹ ਖਤਮ ਕਰਾਉਣ 'ਤੇ ਲੱਗੇ ਆ, ਇਹ ਕਹਿੰਦਾ ਜਾਤ ਅਧਾਰਤ ਰਿਜ਼ਰਵੇਸ਼ਨ ਖਤਮ ਕਰੋ, ਅਗਰਾਹਾਂ ਗਰੁੱਪ ਕਹਿੰਦਾ ਰਿਜ਼ਰਵੇਸ਼ਨ ਇਹੋ ਜਿਹੀ ਖਤਮ ਕਰਾਉਣ, ਜੇ ਉਹਦੀ ਰਾਖੀ ਕਰਦਾ ਉਹ ਐਕਟ ਖਤਮ ਕਰਾਉਣ 'ਤੇ ਲੱਗੇ ਹੋਏ ਆ। ਇਹ ਦਲਿਤ ਵਰਗ ਨੂੰ ਇਸ ਦਾ ਅਸਲੀ ਚਿਹਰਾ ਸਮਝ ਲੈਣਾ ਚਾਹੀਦਾ ਅਗਰਾਹਾਂ ਦਾ, ਵੀ ਇਹ ਚਿਹਰੇ ਦੇ ਪਿੱਛੇ ਹੋਰ ਚਿਹਰੇ ਕੀ ਇਹਦੇ ਮਖੌਟੇ ਦੇ ਪਿੱਛੇ। ਤੁਸੀਂ ਭੀਮ ਟਾਂਗ ਕਤਲ ਕੇਸ ਦੀ ਗੱਲ ਕੀਤੀ, ਜਗਮੇਲ ਦੀ ਗੱਲ ਕੀਤੀ, ਉਹਦਾ ਵੀ ਬਹੁਤ ਬਰੂਟਲੀ ਇੱਦਾਂ ਹੀ ਮਰਡਰ ਕੀਤਾ ਗਿਆ ਸੀ, ਬੰਸ ਸਿੰਘ ਚੱਬਰ ਦੀ ਗੱਲ ਕੀਤੀ ਹੈ, ਉਹਨਾਂ ਦੇ ਨਾਲ ਜਿਸ ਤਰ੍ਹਾਂ ਸਮਾਜਿਕ ਵਰਤਾਰਾ ਹੋਇਆ, ਜਿਸ ਤਰ੍ਹਾਂ ਜ਼ੁਲਮ ਹੋਇਆ, ਅੱਤਿਆਚਾਰ ਹੋਇਆ, ਬਹੁਤ ਸਾਰੇ ਕਿਸਾਨਾਂ ਨੇ ਵੀ ਉਹਦੀ ਨਿਖੇਧੀ ਕੀਤੀ, ਸਾਰੇ ਵਰਗਾਂ ਨੇ ਨਿਖੇਧੀ ਕੀਤੀ, ਪਰ ਉਸ ਤੋਂ ਬਾਅਦ ਤੁਸੀਂ ਕਿੰਨਾ ਕੁ ਬਦਲਾਅ ਦੇਖਿਆ, ਤੁਹਾਨੂੰ ਲੱਗਦਾ ਵੀ ਕੋਈ ਬਦਲਾਅ ਆਇਆ ਦਲਿਤਾਂ ਦਾ? ਦੇਖੋ ਦਲਿਤਾਂ ਦੇ ਵਿੱਚ ਚੇਤਨਾ ਆਈ ਆ, ਇਹ ਨਹੀਂ ਗੱਲ ਇੱਥੇ ਜਥੇਬੰਦੀਆਂ ਪਹਿਲਾਂ ਵੀ ਇਕੱਠੀਆਂ ਹੁੰਦੀਆਂ ਇਸ ਕੇਸ 'ਤੇ, ਪੰਜਾਬ ਦੀਆਂ, ਪੰਜਾਬ ਦਾ ਵਾਲਮੀਕਿ ਭਾਈਚਾਰਾ ਵੀ, ਮਜ਼੍ਹਬੀ ਸਿੱਖ ਭਾਈਚਾਰਾ ਵੀ, ਹੋਰ ਦਲਿਤ ਜਥੇਬੰਦੀਆਂ ਇਕੱਠੀਆਂ ਹੋਈਆਂ, ਕੱਲ੍ਹ ਵੀ ਅੱਜ ਵੀ ਉਹਨੇ ਕੋਈ ਧਰਨਾ ਦੇਣਾ ਸੀ ਪਰ ਉਹ ਪੋਸਟਪੋਨ ਕਰਤਾ ਵੀ, ਉਹਨਾਂ ਨੇ ਪੁਲਿਸ ਨੇ ਹੋਰ ਬੰਦਿਆਂ ਦੇ ਦੋਸ਼ੀਆਂ ਨੂੰ ਫੜਨ ਦਾ ਉਹ ਕੀਤਾ। ਇਹ ਭਾਈਚਾਰਾ ਸੋਸ਼ਲ ਮੀਡੀਆ ਦਾ ਤੁਹਾਡਾ ਧੰਨਵਾਦ ਆ ਵੀ ਸੋਸ਼ਲ ਮੀਡੀਆ 'ਤੇ ਜਦੋਂ ਗੱਲ ਜਾਂਦੀ ਆ, ਇਹ ਭਾਈਚਾਰਾ ਦਾ ਜਿਹੜਾ ਇੱਕ ਬੰਦਾ ਜਗਰੂਕ ਵਰਗ ਆ ਉਹ ਆ ਰਿਹਾ ਹੈਗਾ, ਜਥੇਬੰਦ ਹੋ ਰਿਹਾ, ਉਹਨੂੰ ਜਥੇਬੰਦ ਹੋਣਾ ਪਊਗਾ। ਜੇ ਗ੍ਰਾਹਾਂ ਵਰਗੇ ਜੇ ਕਿਸਾਨ ਨੂੰ ਉਹਨਾਂ ਨੇ ਔਰਗਨਾਈਜ਼ ਕਰ ਲਿਆ, ਇਸ ਜ਼ਬਰ ਦਾ ਸਾਹਮਣਾ ਕਰਨ ਲਈ, ਉਹ ਵਿਹੜਿਆਂ ਨੂੰ, ਦਲਿਤ ਵਰਗ ਨੂੰ ਵੀ ਆਪਣੇ ਹੱਕ ਬਚਾਉਣ ਲਈ, ਇਹ ਐਕਟ ਨੂੰ ਬਚਾਉਣ ਦੀ ਖਾਤਰ, ਆਪਣੀ ਰਿਜ਼ਰਵੇਸ਼ਨ ਬਚਾਉਣ ਦੀ ਖਾਤਰ, ਜਥੇਬੰਦੀਆਂ ਤੋਂ ਇਹਨਾਂ ਦੇ ਖਿਲਾਫ ਇੱਕ ਮੋਰਚਾ ਬਣਾਉਣਾ ਪਊਗਾ।
ਭਾਰਤੀ ਸੰਵਿਧਾਨ ਦੀ ਜੇ ਗੱਲ ਕਰੀਏ ਤਾਂ ਸੰਵਿਧਾਨ ਜਿਹੜੇ ਲਿਖਣ ਵਾਲੇ ਸੀ ਉਹ ਖੁਦ ਦਲਿਤ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਸੀ। ਭੀਮ ਰਾਓ ਅੰਬੇਦਕਰ ਦਲਿਤਾਂ ਦੇ ਹੱਕ ਦੀ ਉਹਨਾਂ ਨੇ ਗੱਲ ਕੀਤੀ। ਅੱਜ ਵੀ ਉਹਨਾਂ ਦੀ ਬਰਥ ਐਨੀਵਰਸਰੀ ਬੜੀ ਧੂਮਧਾਮ ਦੇ ਨਾਲ ਮਨਾਈ ਜਾਂਦੀ ਹੈ, ਪਰ ਇੱਕ ਦਲਿਤ ਵੱਲੋਂ ਸੰਵਿਧਾਨ ਲਿਖੇ ਜਾਣ ਤੋਂ ਬਾਅਦ ਵੀ ਤੁਹਾਨੂੰ ਕਿਉਂ ਲੱਗਦਾ ਹੈ ਕਿ ਦਲਿਤਾਂ ਨੂੰ ਹਾਲੇ ਵੀ ਉਹ ਜਿਹੜੀ ਜਗ੍ਹਾ ਹੈ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਨਹੀਂ ਮਿਲ ਸਕੀ ਜੋ ਮਿਲਦੀ? ਦੇਖੋ, ਆਮ ਤੌਰ 'ਤੇ ਹੁਣ ਇਹ ਕਿਹਾ ਜਾਂਦਾ ਵੀ ਦਲਿਤਾਂ ਨੇ ਲਿਖਿਆ, ਪਰ ਰਾਜ ਕੀ ਦੇ ਹੱਥ 'ਚ? ਰਾਜ ਤਾਂ ਉਹ ਆ ਨਾ, ਰਾਜ ਤਾਂ ਚਲਾਉਣ ਵਾਲਾ ਤਾਂ ਉਹ ਨਾ, ਲਾਗੂ ਤਾਂ ਕਾਨੂੰਨ ਨੇ ਕਰਨੇ ਨਾ, ਉਹ ਤਾਂ ਲਿਖਤਾ ਉਹਨੇ ਸਾਰਾ ਕੁਛ ਦਲਿਤਾਂ ਦੇ ਜਿਹੜੀ ਰਿਜ਼ਰਵੇਸ਼ਨ ਦੇ ਹੱਕ ਦਿੱਤੇ ਆ ਉਹਨਾਂ ਨੇ ਸਾਰਾ ਕੁਛ ਉਹਨੇ ਸਖ਼ਤ ਸੁਰੱਖਿਅਤ ਕਰਨ ਦੀ ਖਾਤਰ, ਜੋ ਉਹਦਾ ਬੈਕ ਲੱਗ ਪਿਆ ਸੀ 5000 ਸਾਲ ਦਾ ਉਹ ਕਿਵੇਂ ਪੂਰਾ ਆਊ, ਉਹ ਤਾਂ ਮੈਂ ਅਪਲਾਈ ਕਰਕੇ ਸਾਰਾ ਕੁਛ ਹੱਕ ਲਿਆਂਦਿਆ, ਪਰ ਸੱਤਾ ਕਿਹਦੇ ਹੱਥ 'ਚ ਆ? ਇਹ ਤਾਂ ਹੁਣ ਅੰਕੜੇ ਪਏ ਨੇ, ਹੁਣ ਮੀਡੀਆ ਦੇ ਵਿੱਚ ਅਪਰ ਘਾਟ ਆ, ਇੱਕ ਵੀ ਦਲਿਤ ਹੈ ਨਹੀਂ, ਜਿਹੜੇ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਹੱਥਾਂ 'ਚ ਕਿਹਦੇ ਨੇ? ਸੱਤਾ ਕਿਹਦੇ ਹੱਥ 'ਚ ਆ? ਉਸੇ ਤਰ੍ਹਾਂ ਪੰਜਾਬ 'ਚ ਦੇਖ ਲਓ ਵੀ ਪੰਜਾਬ 'ਚ ਕੌਣ ਆ ਮੂਹਰੇ, ਪੰਜਾਬ 'ਚ ਹੈ ਕਿਸੇ ਮੀਡੀਆ ਦੇ ਵਿੱਚ ਕੌਣ ਆ ਉਹਨਾਂ ਉਸ ਵਰਗ ਦੇ ਵਿੱਚੋਂ? ਉਹ ਵਰਗ ਨੂੰ ਉੱਠਣ ਲਈ 1000 ਸਾਲ ਦਾ ਲਤਾੜਾ ਦਬਾਇਆ ਹੋਇਆ, ਉਹਨੂੰ ਉੱਠਣ ਲਈ ਉਹਨੂੰ ਕਿਤੇ ਬਰਾਬਰੀ ਕਰਨ ਦੀ ਖਾਤਰ ਤਾਂ ਸੈਂਕੜੇ ਸਾਲ ਲੱਗਣਗੇ, ਅੱਜ ਉਹ ਕਿੱਥੇ ਪਹੁੰਚ ਜੂਗਾ? ਸੋ ਇਸੇ ਤਰ੍ਹਾਂ ਹੀ ਆ ਵੀ ਜਿਵੇਂ ਹੁਣ ਆਮ ਤੌਰ 'ਤੇ ਕਹਿੰਦੇ ਭਗਵਾਨ ਵਾਲਮੀਕ ਨੇ ਰਮਾਇਣ ਲਿਖੀ, ਉਹ ਰਮਾਇਣ ਲਿਖਣ ਦੇ ਬਾਵਜੂਦ ਵੀ ਉਹਦੇ ਵਰਗ ਕੋਲ ਉੱਪਰ ਘਾਟ ਕੰਨ ਚੁਕਾਈ ਗਿਆ ਹੁਣ ਤੱਕ, ਉਹ ਲਿਖਣ ਨਾਲ ਨਹੀਂ ਗੱਲ ਬਣਦੀ, ਲਿਖੀ ਆ ਉਹਨਾਂ ਨੇ, ਸੰਵਿਧਾਨ ਲਿਖਿਆ ਹੈਗਾ, ਪਰ ਗੱਲ ਤਾਂ ਇਹ ਵੀ ਹੱਥ ਸੱਤਾ ਕਿਹਦੇ ਆ, ਉਹ ਸੱਤਾ ਕਿਵੇਂ ਚਲਾਉਂਦੇ ਆ? ਉਹ ਤੁਹਾਨੂੰ ਆਏ ਦੱਸ ਵੀ ਤਾਕਤ ਕਿਹਦੇ ਹੱਥ 'ਚ? ਕੱਲ੍ਹ ਵਾਲੀ ਘਟਨਾ ਦੇਖ ਲਓ ਵੀ ਨਾਲੇ ਚੋਰੀ ਨਾਲੇ ਸੀਨਾ ਚੋਰੀ ਨਾਲੇ ਕੁੱਟਤਾ, ਲੱਤਾਂ ਤੋੜਤੀਆਂ, ਨਾਲੇ ਐਜ ਏ ਹੀਰੋ ਪੇਸ਼ ਹੋਇਆ, ਯਾਰ ਪੁਲਿਸ ਨੂੰ ਵੀ ਆਈ ਪੀ ਟ੍ਰੀਟਮੈਂਟ ਦੇਵੋ, ਮੈਂ ਵੀ ਆਈ ਪੀ ਟ੍ਰੀਟਮੈਂਟ ਦਾ ਹੱਕ ਦਾ ਕੋ ਭਗਤ ਸਿੰਘ ਦਾ ਵਾਰਸ, ਜਿਹਦੇ ਕੋਲ ਸਾਧਨ ਸੰਪੰਨ ਆ ਨਾ ਬੰਦਾ, ਸਦਕਾ ਤੋਂ ਸਾਧਨ ਸੰਪੰਨ ਆ, ਇੱਕ ਪ੍ਰਿਵਿਲੇਜਡ ਕਲਾਸ ਆ, ਉਹਦਾ ਫਰਕ ਰਹੂਗਾ ਹੀ ਰਹੂਗਾ, ਉਹਨੂੰ ਸਾਰਾ ਕੁਛ ਸਹੂਲਤਾਂ ਹੀ ਮਿਲਣਗੀਆਂ, ਸਭ ਕੁਛ ਹੋਊਗਾ, ਉਹਦੇ ਥੋੜ੍ਹੇ ਬੰਦੇ ਵੀ ਤਕੜੇ ਔਰਗਨਾਈਜ਼ ਹੋ ਜਾਣਗੇ। ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਲਹਿਰ ਖੜੀ ਹੋਈ ਸੀ, ਉਸ ਤਰ੍ਹਾਂ ਦਲਿਤ ਭਾਈਚਾਰੇ ਦੇ ਲੋਕਾਂ ਦੇ ਵਿੱਚ ਲਹਿਰ ਖੜੀ ਕਿਉਂ ਨਹੀਂ ਹੋ ਸਕਦੀ ਕਿ ਉਹ ਆਪਣੇ ਹੱਕਾਂ ਲਈ ਆਵਾਜ਼ ਚੱਕਣ? ਦੇਖੋ, ਉਹ ਪਹਿਲਾਂ ਬਾਬੂ ਕਾਂਸੀ ਰਾਮੀ ਨੇ ਯਤਨ ਕੀਤਾ, ਇੱਥੇ ਬਹੁਜਨ ਸਮਾਜ ਪਾਰਟੀ ਬਣੀ, ਪਰ ਹੁਣ ਜਿਹੜੀ ਗੱਲ ਆ ਵੀ ਇਹਦੇ ਪੁੱਛਣਾ, ਜਿਵੇਂ ਮਾਲਵੇ 'ਚ ਕਹਾਵਤ ਆ ਵੀ ਕੱਟਾ ਕਿੱਲੇ ਦੇ ਜ਼ੋਰ 'ਤੇ ਥਾਂਗੜ ਦਾ, ਦਲਿਤ ਭਾਈਚਾਰਾ ਹੁਣ ਹੈਂਡ ਟੂ ਮਾਊਥ ਆ, ਉਹ ਦਿਹਾੜੀ ਜਾਊ ਧਰਨੇ ਲਾਊਗਾ, ਜੱਟ ਭਾਈਚਾਰੇ ਕੋਲ ਜ਼ਮੀਨ ਆ ਨਾ, ਉਹ ਜ਼ਮੀਨ ਦੇ ਸਿਰ 'ਤੇ ਫਸਲ ਬੀਜਤੀ, ਉਹ ਜਾ ਕੇ ਉੱਥੇ ਦਿੱਲੀ ਬੈਠ ਸਕਦਾ ਸਾਲ ਭਰ, ਉਹਦੇ ਪਿੱਛੇ ਸਾਧਨ ਆ, ਉਹਦੇ ਆਲਾ ਦੁਆਲਾ ਚਲਾ ਸਕਦਾ ਗਾ। ਜਿਵੇਂ ਕਿ ਮਿਸਾਲ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਣ ਲੱਗਾ ਗੱਲ ਸਾਹਿਤ ਦੇ ਹਵਾਲੇ 'ਚੋਂ, ਸੰਤ ਸਿੰਘ ਸੇਖੋਂ ਨੇ ਇੱਕ ਥਾਂ ਲਿਖਿਆ, ਉਹ ਕਹਿੰਦਾ ਵੀ ਜਾਂ ਸੰਤ ਸਿੰਘ ਸੇਖੋਂ ਮੇਰੇ ਕੁਲਵੰਤ ਸਿੰਘ ਵਿਰਕ ਨੇ ਲਿਖਿਆ, ਵਿਰਕ ਕਹਿੰਦਾ ਵੀ ਸੰਤ ਸਿੰਘ ਸੇਖੋਂ ਲੁਧਿਆਣੇ ਤੋਂ ਚੰਡੀਗੜ੍ਹ ਜਾਣ ਲਈ ਚੜ੍ਹਿਆ, ਉਹਦੇ ਨਾਲ ਇੱਕ ਜੱਟ ਆ ਕੇ ਬੈਠ ਗਿਆ ਖੇਸ ਦੀ ਬੁੱਕਲ ਮਾਰੀ ਵੀ, ਕਹਿੰਦਾ ਸੇਖੋਂ ਨੇ ਸੁਭਾਵਿਕ ਪੁੱਛ ਲਿਆ ਉਹਨੂੰ ਵੀ ਕਿੱਥੇ ਜਾ ਰਿਹਾ, ਉਹ ਕਹਿੰਦੀ ਹਾਈ ਕੋਰਟ 'ਚ ਚੱਲਿਆ, ਕਹਿੰਦਾ ਕਾਹਦੇ ਲਈ? ਕਹਿੰਦਾ ਯਾਰ ਮੇਰੇ ਮੁੰਡੇ ਤੋਂ ਕਿਸੇ ਨਾਲ ਸੱਟਾਂ ਵੱਜ ਗਈਆਂ ਸੀ, ਦੇਖੋ ਉੱਥੇ ਵੀ ਲੜਾਈ ਦਾ ਮਾਮਲਾ ਵੀ ਉਹਨੂੰ ਸਜ਼ਾ ਹੋ ਗਈ 6 ਮਹੀਨੇ ਦੀ, ਵੀ ਮੈਂ ਅਪੀਲ ਕਰਨ ਚੱਲਿਆ ਹਾਈ ਕੋਰਟ 'ਚ, ਕਹਿੰਦਾ ਸੇਖੋਂ ਬੱਸ ਗਾਹਾਂ 'ਚ ਤੁਰ ਰਹੀ ਸੀ, ਸੇਖੋਂ ਕਹਿੰਦਾ ਵੀ 6 ਮਹੀਨੇ ਦੀ ਅਪੀਲ ਹੋ ਗਈ, ਕਹਿੰਦਾ ਉੱਥੇ ਵਕੀਲ ਨੂੰ ਕਿੰਨੀ ਫੀਸ ਦੇਣੀ ਆ? ਉਹ ਕਹਿੰਦਾ ਵੀ ਵਕੀਲ ਨੂੰ ਫੀਸ ਦੇਣੀ ਮੈਂ 10,000 ਉਹਨਾਂ ਵੇਲਿਆਂ 'ਚ, ਕਹਿੰਦਾ ਮੈਂ ਮੁੰਡੇ ਉਹਨੂੰ ਕਿਹਾ ਵੀ ਤੇਰਾ ਮੁੰਡਾ ਜੇ ਬਾਹਰ ਵੀ ਆ ਗਿਆ ਵੀ ਉਹ ਇੰਨੇ ਚਿਰ 'ਚੋਂ 10,000 ਕਮਾ ਲੂ, ਕਹਿੰਦਾ ਕਮਾਉਣਾ ਤਾਂ ਉਹਨੇ ਕੀ ਆ, ਕਹਿੰਦਾ ਖੇਤੀ ਕਿੱਦਾਂ ਵੀ ਸਰੀ ਜਾਂਦਾ ਜੇ ਉਹ ਅੰਦਰ ਬੈਠਾ, ਮੇਰੇ ਪੁੱਤ ਵੀ ਆ ਖੇਤੀ ਅਸੀਂ ਕਰੀ ਜਾਂਦੇ ਹਾਂ, ਚੱਲੀ ਜਾਂਦਾ ਕੰਮ ਸਾਡਾ, ਮੱਝਾਂ ਵੀ ਸਾਂਭੀ ਜਾਂਦੇ ਹਾਂ, ਉਹ ਤੱਕ ਕੀ ਕਮਾਉਣਾ? ਕਹਿੰਦਾ ਮੈਂ ਫਿਰ ਕਿਹਾ ਉਹਨੂੰ ਬੈਠ ਜਾਣ ਦੇ 6 ਮਹੀਨੇ ਜੇਲ੍ਹ 'ਚ, ਕਿਉਂ 10,000 ਖਰਾਬ ਕਰਦਾ? ਕਹਿੰਦਾ ਉਹ ਜੱਟ ਦੇ ਕੰਨ 'ਚ ਪਏ, ਉਹ ਸਮਰਾਲੇ ਉੱਤਰ ਗਏ ਝੱਟ ਦੇ ਕੇ, ਉਸ ਗੱਲ ਵਾਂਗੂ ਇਹਦੇ ਪਿੱਛੇ ਬੈਕ ਦੇਖਣੀ ਪਊ ਨਾ, ਜਿਹੜੇ ਪਿੱਛੇ ਬੈਕ ਆ ਜਿਹਦਾ ਸਰਦਾ ਗਾ ਉਹੀ ਜਾ ਕੇ ਧਰਨਾ ਲਾਊ ਨਾ, ਜਿਹੜਾ ਹੈਂਡ ਟੂ ਮਾਊਥ ਆ
ਪੰਜਾਬ ਕਹਾਵਤ ਮਸ਼ਹੂਰ ਸੀ ਵੀ ਜੱਟ ਜੇਲ੍ਹ ਤੋਂ ਨਹੀਂ ਡਰਦਾ, ਜੁਰਮਾਨੇ ਤੋਂ ਡਰਦਾ, ਬਾਣਗਾ ਜੇਲ੍ਹ ਤੋਂ ਡਰਦਾ, ਉਹ ਜੁਰਮਾਨੇ ਤੋਂ ਨਹੀਂ ਡਰਦਾ, ਜੱਜ ਨੂੰ ਕਹੋ ਮੈਨੂੰ ਜੁਰਮਾਨਾ ਕਰ ਦਿਓ ਮਹਾਰਾਜ। ਉਹਦੇ ਪਿੱਛੇ ਕਾਰਨ ਕੀ ਹੈ? ਕਾਰਨ ਇਹ ਆ ਵੀ ਉਹ ਹੱਟੀ ਖੋਲੂ ਤਾਂ ਉਹਦੀ ਆਮਦਨ, ਜੇਲ੍ਹ ਹੋ ਗਈ ਹੱਟੀ ਬੰਦ ਆ, ਪਰਿਵਾਰ ਭੁੱਖਾ ਮਰੂ, ਜੱਟ ਨੂੰ ਜੇਲ੍ਹ ਹੋ ਗਈ ਪਿੱਛੇ ਖੇਤੀ ਹੋ ਹੀ ਜਾਣੀ ਹੈ, ਉਹਨੂੰ ਪਤਾ ਮੈਂ ਕੱਟ ਕੇ ਆ ਜਾਊਂਗਾ, ਇਹ ਪੁਰਾਣੀ ਕਹਾਵਤ ਸੀ। ਸੋ ਇਸ ਕਰਕੇ ਉਹ ਵਰਗ ਵਿਚਾਰਾ ਕਿੱਥੋਂ ਲਾਲੂ ਧਰਨੇ, ਇੱਕ ਰੇਹੜੀ ਫੜੀ ਲਾਉਣ ਵਾਲਾ ਉਹ ਲਾਲੂ ਧਰਨਾ, ਸ਼ਾਮ ਨੂੰ ਦੋ ਦਿਨ 'ਚ ਲਾ ਲੂ, ਤਿੰਨ ਦਿਨ 'ਚ ਲਾ ਲੂ, ਇਹਨੇ ਪੁੱਛਿਆ ਕਿ ਕਾਰਨ ਹੁੰਦੇ ਨੇ ਵੀ ਆਪਾਂ ਕਹਿੰਦੇ ਉਹ ਜਥੇਬੰਦ ਹੋ ਜਾਣ। ਧਨੀ ਰਾਮ ਚਾਤਰਕ ਦੀ ਇੱਕ ਬੜੀ ਪੁਰਾਣੀ ਕਵਿਤਾ ਸੀ ਮੇਲੇ ਵਿੱਚ ਜੱਟ, ਉਹਦੇ ਵਿੱਚ ਵੀ ਇਹੀ ਸੀ ਵੀ ਲੰਬੜਾਂ ਦੇ ਸਾਹਾਂ ਦਾ ਹਿਸਾਬ ਕੱਟ ਕੇ ਅਤੇ ਹਾੜੀ ਵਿੱਚ ਵੱਟ ਕੇ ਕੱਛੇ ਮਾਰ ਬੰਝਲੀ ਨਾ ਦਿਸਾ ਗਿਆ, ਮਾਲਟਾ ਮੀਂਹ ਦੀ ਆਸ ਤੇ ਸਿਆੜ ਕੱਢ ਕੇ ਮਾਲ ਢੰਡ ਸਾਹਮਣੇ ਨੂੰ ਚੂੜਾ ਛੱਡ ਕੇ ਕੱਛੇ ਮਾਰ ਬੰਝਲੀ ਨਾ ਦਿਸਾ ਗਿਆ। ਹੁਣ ਮੇਲਾ ਤਾਂ ਉਹੀ ਦੇਖੂ ਨਾ ਜਿਹਦੇ ਘਰੇ ਮਾਲ ਢੰਡ ਸਾਹਮਣੇ ਨੂੰ ਛੱਡਿਆ, ਮੈਂ ਮਾਲ ਢੰਡ ਅਗਲਾ ਕਹਿੰਦਾ ਜੀ ਬਿਜਲੀ ਦੇ ਆਟੋਮੈਟਿਕ ਲੱਗੇ ਹੋਏ ਨੇ, ਨੱਕਾ ਮੋੜਨਾ, ਨੱਕਾ ਮੋੜਨ ਦੀ ਖਾਤਰ ਵਿਹੜੇ ਵਾਲੇ ਹੈਗੇ ਆ, ਆਪਾਂ ਧਰਨੇ 'ਤੇ ਬੈਠੇ ਹਾਂ। ਸੋ ਇਹ ਜਿਹੜਾ ਵਿਹਲ ਆ ਜਾਂ ਪੁੱਛੇ ਜ਼ਮੀਨ ਜਾਇਦਾਦ ਦੀ ਬੈਕ ਆ, ਉਹੀ ਉਹਦੀ ਸਟਰੈਂਥ ਆ, ਉਹਦੇ ਸਿਰ 'ਤੇ ਉਹ ਦੱਸਦਾ, ਉਹਦੇ ਸਿਰ 'ਤੇ ਉਹਦੇ ਵਿੱਚੋਂ ਜਬਰ ਕਰਨ ਦਾ ਦੂਜੇ 'ਤੇ ਪ੍ਰਵਿਰਤੀ ਪੈਦਾ ਹੁੰਦੀ ਆ ਵੀ ਯਾਰ ਮੈਨੂੰ ਇਹ ਕੀ ਕਰ ਲੂੰ, ਮੇਰੇ ਕੋਲ ਸਾਰਾ ਕੁਛ ਆ। ਜਿਵੇਂ ਕੱਲ੍ਹ ਦੇ ਧਰਨੇ ਨੇ ਜਿਤਾਤਾ ਵੀ ਮੇਰੇ ਪਿੱਛੇ ਇੱਡੀ ਵੱਡੀ ਜਥੇਬੰਦੀ ਖੜ੍ਹੀ ਹੈ, ਉਹ ਪੁਲਿਸ ਨੂੰ ਵੀ ਵਾਰਨਿੰਗ ਦਿੱਤੀ, ਅਫਸਰਾਂ ਨੂੰ ਵੀ ਵਾਰਨਿੰਗ ਦਿੱਤੀ ਅਤੇ ਦਲਿਤ ਵਰਗ ਨੂੰ ਵੀ ਵਾਰਨਿੰਗ ਦਿੱਤੀ ਵੀ ਜੇ ਕਹਾਂ ਨੂੰ ਕਿਸੇ ਦੇ ਹਵਾ ਵੱਲ ਝੱਕ ਕੇ ਸਾਡੇ ਮੈਂਬਰ ਦੇ ਵੱਲ ਦੇਖੋ ਕੀ ਬਣਦਾ ਤੁਹਾਡਾ। ਸੋ ਬਹੁਤ ਸਮਾਜ ਦੇ ਅਲਚੇ ਪਲਚੇ ਉਲਝੇ ਹੋਏ ਆ। ਜਦੋਂ ਵੀ ਕਦੇ ਖੇਤੀਬਾੜੀ ਦੀ ਗੱਲ ਆਉਂਦੀ ਹੈ ਨਾ ਤਾਂ ਕਿਸਾਨ ਦੇ ਨਾਲ ਮਜ਼ਦੂਰ ਦਾ ਨਾਮ ਵੀ ਆਉਂਦਾ, ਕਿਸਾਨ ਮਜ਼ਦੂਰ ਏਕਤਾ ਵੀ ਕਿਹਾ ਜਾਂਦਾ। ਕਿਹਾ ਜਾਂਦਾ ਕਿਸਾਨ ਕਹਿੰਦੇ ਨੇ ਕਿ ਮਜ਼ਦੂਰ ਤੋਂ ਬਿਨਾਂ ਕੁਛ ਨਹੀਂ, ਜਿਵੇਂ ਤੁਸੀਂ ਕਿਹਾ ਵੀ ਖੇਤੀ ਕਿਸਾਨ ਮਜ਼ਦੂਰ ਦੇ ਜਾਂ ਨੌਕਰ ਦੇ ਸਿਰ ਤੇ ਛੱਡ ਕੇ ਬੇਫਿਕਰ ਹੋ ਕੇ ਮੇਲੇ ਦੇਖਦਾ, ਆਪਣੇ ਕੰਮਾਂ ਉੱਤੇ ਜਾਂਦਾ, ਕਿਉਂਕਿ ਉਹਨੂੰ ਪਤਾ ਕਿ ਪਿੱਛੇ ਮੇਰੀ ਖੇਤੀ ਨੌਕਰ ਨੇ ਜਾਂ ਮਜ਼ਦੂਰ ਨੇ ਦੇਖ ਲਿਆ, ਪਰ ਫਿਰ ਵੀ ਇਸ ਰਿਸ਼ਤੇ ਦੇ ਵਿੱਚ ਖਟਾਸ ਕਿਵੇਂ ਆ? ਦੇਖੋ ਕੰਟਰਾਡਿਕਸ਼ਨ ਖੜੀ ਆ ਬਹੁਤ ਵੱਡੀ, ਮਾਲਕੀ ਅਤੇ ਗੈਰ ਮਾਲਕੀ ਦੀ ਕੰਟਰਾਡਿਕਸ਼ਨ ਖੜੀ ਹੈ। ਖੇਤਾਂ ਦੇ ਪੁੱਤ ਨੇ, ਖੇਤਾਂ ਦੇ ਮਾਲਕ ਨੇ, ਉਹ ਨਿਰਭਰ ਨੇ, ਇੱਕ ਹੁਣ ਦਲਿਤ ਵਰਗ ਆ, ਉਹਦੇ ਘਰੇ ਕਣਕ ਤਾਂ ਹੈ ਨਹੀਂ, ਕਣਕ ਤਾਂ ਉਹਨੇ ਖੇਤਾਂ ਦੇ ਪੁੱਤੋਂ ਲੈਣੀ ਹੈ ਨਾ, ਉਹਦੇ ਮਗਰ ਬੋਰੀ ਚੱਕੀ ਫਿਰਦਾ ਵੀ ਯਾਰ ਮੇਰੇ ਬੱਚੇ ਭੁੱਖੇ ਬੈਠੋ ਤਾਂ ਮਰਜ਼ੀ ਆ, ਉਹ ਕਹਿੰਦਾ ਮੈਂ ਦੇਊਂਗਾ ਜੀ, ਦੇਖੂੰਗਾ ਕੀ ਰੇਟ 'ਤੇ ਦਊਂ। ਉਹ ਦਲਿਤ ਵਰਗ ਦੇ ਪਸ਼ੂ ਭੁੱਖੇ ਖੜੇ ਨੂੰ ਤੂੜੀ ਦੀ ਪੰਡ ਚਾਹੀਦੀ ਆ, ਉਹਦੇ ਪਿੱਛੇ ਮੈਨੂੰ ਤੂੜੀ ਦੀ ਪੰਡ ਦੇ ਦੇ ਜੀ, ਉਹ ਕਹਿੰਦਾ ਦੇਖਾਂ ਯਾਰ ਰੇਟ ਕੀ ਆ, ਕੱਲ੍ਹ ਨੂੰ ਆ ਜੀ। ਸੋ ਉਹਦੇ ਕੋਲ ਤਾਂ ਉਹ ਆ ਨਾ, ਮਾਲਕ ਹੀ ਆ ਉਹਨਾਂ ਕੋਲ ਸਾਧਾ ਸਾਰਾ ਕੁਛ ਆ। ਇੱਕ ਸੰਤੋਖ ਸਿੰਘ ਧੀਰ ਹੋਏ ਨੇ, ਕਾਮਰੇਡ ਵੀ ਉਹਨੂੰ ਬੜਾ ਚੱਕਦੇ ਨੇ, ਗੁਰਾਹ ਗਰੁੱਪ ਵੀ ਉਹਨੂੰ ਚੱਕਦਾ। ਉਹਨੇ ਆਪਣੇ ਇੱਕ ਲਿਖਤ 'ਚ ਲਿਖਿਆ ਵਿਸਾਖੀ ਬਾਰੇ, ਕਹਿੰਦਾ ਜਦੋਂ ਵਿਸਾਖੀ ਆਉਂਦੀ ਆ ਭੰਗੜੇ ਪੈਂਦੇ ਆ, ਮੇਲੇ ਲੱਗਦੇ ਨੇ, ਅਖਬਾਰਾਂ 'ਚ ਲੇਖ ਛਪਦੇ ਨੇ, ਚਾਹ ਚੜ੍ਹਦਾ ਵੀ ਕਣਕ ਆ ਗਈ, ਪਰ ਕਹਿੰਦਾ ਮੇਰੇ ਹੌਲ ਪੈਂਦੇ ਨੇ ਵੀ ਜਿਹੜੇ ਕਣਕ ਲੈਣ ਲਈ ਮੇਰੇ ਕੋਲ ਤਾਂ ਪੈਸੇ ਹੈ ਨਹੀਂ, ਮੈਂ ਕਿੱਥੋਂ ਕਣਕ ਲਊਂ ਸਾਲ ਭਰ ਦੀ। ਕਹਿੰਦਾ ਇਹ ਕਣਕ ਦੀ ਦਾਣੇ ਦਾਣੇ ਲਈ ਮੈਂ ਸਾਰੀ ਉਮਰ ਸਹਿਕਦਾ ਰਿਹਾ। ਇਹ ਭੀੜ ਆ, ਬੇਜ਼ਮੀਨੇ ਦੀ ਤਾਂ ਜ਼ਮੀਨ ਵਾਲੇ ਦਾ ਫਰਕ ਆ। ਉਹੀ ਸੰਤ ਰਾਮਦਾਸੀ ਬਾਰੇ ਮੈਂ ਗੱਲ ਕਰਦਾ ਸੀ, ਸੰਤ ਰਾਮਦਾਸ ਨੂੰ ਵੀ ਮੈਂ ਵੀ ਉਹ ਬੇਜ਼ਮੀਨਾ ਸੀ ਵੀ ਜਾਂ ਤਾਂ ਖੇਤਾਂ ਦੇ ਪੁੱਤਾਂ ਦੇ ਘਰਾਂ 'ਚੋਂ ਕਣਕ ਲੈ ਕੇ ਆਉਂਦਾ ਦੇਖਿਆ, ਜਾਂ ਉਹਦੇ ਸਿਰ 'ਤੇ ਬੋਰੀ ਹੁੰਦੀ, ਜਾਂ ਉਹਦੇ ਸਾਈਕਲ ਦੇ ਕਰੀਅਰ 'ਤੇ ਬੋਰੀ ਹੁੰਦੀ ਸੀ। ਸੋ ਜਿਹੜਾ ਬੇਜ਼ਮੀਨਾ ਅਤੇ ਜ਼ਮੀਨ ਵਾਲਾ, ਉਹ ਜ਼ਮੀਨ ਸਮਾਨ ਦਾ ਫਰਕ ਆ, ਉਹਦੀ ਮਨਸਕਤਾ ਦਾ ਵੀ ਫਰਕ ਹੋਊ, ਉਹ ਅਥੋਰਿਟੀ ਹੋਊਗਾ, ਉਹ ਰੇਟ ਉਹਦਾ, ਅੰਦਾਜ਼ਾ ਉਹਦਾ ਗੱਲ ਕਰਨ ਦਾ, ਉਹ ਨੀਮਾ ਹੋਊਗਾ, ਮਿਹਨਤ ਕਰੂਗਾ ਉਹਦੀ। ਇਸੇ ਕਰਕੇ ਉਹਦੀ ਖੁਦਰਤ ਉਹਦੇ ਹੀ ਖਤਮ ਹੋ ਗਈ ਜਦੋਂ ਅਗਲਾ ਕਣਕ ਮੰਗਣ ਚਲਿਆ ਗਿਆ, ਤੂੜੀ ਮੰਗਣ ਚਲਿਆ ਗਿਆ, ਉਹ ਲੜਾਈ ਕੀ ਲੜਨ ਉਹਦੇ ਖਿਲਾਫ਼। ਸੋ ਇਹ ਸਮਾਜ ਦੇ ਵਿੱਚ ਜਿਹੜੀ ਕਹਾਣੀ ਬਣਦਾ ਬਹੁਤ ਵੱਡਾ ਖੜਾ, ਇਹ ਬੁਨਿਆਦੀ ਤੌਰ 'ਤੇ ਕੰਟਰਡਿਕਸ਼ਨ ਖੜੀ ਆ, ਮਤਲਬ ਸਮਾਜ ਦਾ ਇਹ ਪਾੜਾ ਹੈ ਜਿਹਨੂੰ ਭਰਨ ਦੇ ਲਈ
ਕਈ ਸਾਲ ਲੱਗ ਸਕਦਾ। ਇਹ ਤਾਂ ਬੁਨਿਆਦੀ ਤਬਦੀਲੀ ਹੈ ਵੀ ਇਹ ਵਰਗ ਨੂੰ ਉੱਚਾ ਕਿਵੇਂ ਉੱਚਾ ਉਠਾਇਆ ਜਾਵੇ, ਇਹ ਵਰਗ ਲਈ ਸਪੋਰਟਿਵ ਹੋਰ ਕਿਵੇਂ ਹੋਣ, ਇਹਦੇ ਲਈ ਸਪੋਰਟਿਵ, ਇਹਦੇ ਲਈ ਵਰਗ ਨੂੰ, ਦਲਿਤ ਵਰਗ ਨੂੰ ਉੱਚਾ ਕੀ ਸਕੀਮਾਂ ਹੋਣ, ਤਾਂ ਕਿ ਇਹ ਵੀ ਮਤਲਬ ਮਨੁੱਖੀ ਖੁਦਦਾਰੀ 'ਚ ਆਵੇ, ਇਹ ਵੀ ਮਨੁੱਖ ਦੇ ਤੌਰ 'ਤੇ ਧੌਣ ਆਪਣੀ ਉੱਚੀ ਕਰਕੇ ਜਿਉਂ ਸਕੇ। ਹੁਣ ਤਾਂ ਨੀਵੀਂ ਕਰਕੇ ਤੁਰਦਾ ਨਾ, ਉਹਦੇ ਕੋਲ ਰਹੇ ਨਹੀਂ, ਉਹ ਹਰ ਚੀਜ਼ ਦੀ ਮੁਤਾਜੀ ਆ, ਪੱਠਿਆਂ ਦੀ ਭਰੀ ਬੁੜਕਾਂ ਨੇ ਵੱਢਣੀ ਆ, ਤਾਂ ਜਾ ਕੇ ਉਹ ਖੇਤਾਂ ਨੂੰ, ਜਦੋਂ ਖੇਤਾਂ ਦੇ ਪੁੱਤ ਜਿਹੜੇ ਨੁਕਸਾਨ ਕਹਿੰਦੇ ਆ ਉਹਨੂੰ ਆਪਣੀ ਕੀਮਤ ਨਾਲ ਇੱਜ਼ਤ ਧਾਰਨੀ ਪੈਂਦੀ ਆ। ਸਾਗ ਦੀ ਕੋਈ ਗੰਦਲ ਤੋੜਦੇ ਆ ਤਾਂ ਉਹਨੂੰ ਬਗੋਚਾ ਹੁੰਦਾ, ਕੀਮਤ ਧਾਰਨੀ ਪੈਂਦੀ ਆ ਖੇਤਾਂ ਦੇ ਪੁੱਤਾਂ ਦੀ। ਹੁਣ ਉਹ ਵਰਗ ਕਿਵੇਂ ਲੜ ਲੂਗਾ ਵਰਗ ਦੇ ਖਿਲਾਫ਼? ਬਹੁਤ ਵਾਰੀ ਅਸੀਂ ਇਹ ਵੀ ਵੇਖਦੇ ਹਾਂ ਵੀ ਅਸੀਂ ਘਰ ਦੇ ਵਿੱਚ ਸੀਰੀ ਰੱਖਿਆ ਹੁੰਦਾ ਜਿਹੜਾ ਦਲਿਤ ਭਾਈਚਾਰੇ ਨਾਲ ਜ਼ਿਆਦਾ ਸੰਬੰਧਿਤ ਹੁੰਦਾ, ਜਿਹੜੇ ਬਰਤਨਾਂ ਦੇ ਵਿੱਚ ਅਸੀਂ ਉਹਨੂੰ ਖਾਣਾ ਦਿੰਦੇ ਹਾਂ ਜਾਂ ਪਾਣੀ ਦਿੰਦੇ ਹਾਂ, ਅਸੀਂ ਉਹ ਬਰਤਨ ਵਰਤਦੇ ਨਹੀਂ। ਹਾਂ, ਉਹ ਬਰਤਨ ਹਾਂ ਉਹਦਾ ਵਰਤ ਹੁੰਦਾ ਉਹਦਾ ਹੁਣ ਤੱਕ। ਜਿਹੜੇ ਉਹਦੇ ਸਥਾਨ ਸੀ ਸੀਰੀ ਦਾ, ਉਹ ਖੁਰਲੀ ਹੁੰਦੀ ਸੀ ਪਸ਼ੂਆਂ ਦੀ, ਮੈਂ ਦੇਖਿਆ ਉਹਨੇ ਕੀ ਕਰਨਾ, ਖੁਰਲੀ 'ਤੇ ਬੈਠਾ ਰਹਿਣਾ ਸੀ ਵੀ ਰੋਟੀ ਬਣੂ ਕਿ ਮੈਨੂੰ ਆਵਾਜ਼ ਮਾਰੂ, ਉਹਦੇ ਭਾਂਡੇ ਉੱਥੇ ਪਏ ਹੁੰਦੇ ਸੀ ਪਰਨੇ 'ਤੇ ਲਪੇਟ ਕੇ ਟੰਗੇ, ਫਿਰ ਉਹਨੇ ਉਹ 'ਚ ਦਾਲ ਪਾਉਣੀ, ਉਹ 'ਚ ਉਹਨੇ ਦੁੱਧ ਜਾਂ ਪਾਣੀ ਪਾਉਣਾ, ਉਹਦੇ ਬਰਤਨਾਂ ਟੋਹਦੇ ਸੀ, ਸਥਾਨ ਉਹਦਾ ਖੁਰਲੀ ਸੀ। ਖੇਤੋਂ ਆਉਣਾ ਉਹਨੇ ਕੰਮ ਕਰਕੇ, ਉਹ ਆ ਕੇ ਘਰ ਦੇ ਨੇੜੇ ਨਹੀਂ ਸੀ ਬੜਾ, ਖੁਰਲੀ 'ਤੇ ਬਹਿੰਦਾ ਸੀ ਪਸ਼ੂਆਂ ਕੋਲ, ਪਸ਼ੂਆਂ ਦੇ ਪੱਠੇ ਪਾਤੇ ਕੋਈ ਹੋਰ ਕਰਤੇ, ਉਹਨੂੰ ਆਵਾਜ਼ ਵੱਜਦੀ ਸੀ ਵੀ ਆ ਜਾ ਵੀ ਰੋਟੀ ਬਣ ਗਈ। ਹੁਣ ਜਿਹੜੇ ਵਰਗ ਨੇ ਬੇਹਰਮਤੀਆਂ ਹੰਢਾਈਆਂ, ਉਹਦੀ ਪੀੜ ਤਾਂ ਉਹੀ ਜਾਣਦਾ ਨਾ। ਆਮ ਤੌਰ 'ਤੇ ਕਿਸੇ ਕਵੀ ਨੇ ਵੀ ਲਿਖਿਆ ਨਾ, ਕਹਿੰਦਾ ਸੁਖੀ ਬੰਦਿਆਂ ਨੂੰ ਦੁੱਖਾਂ ਦੀ ਸਾਰ ਹੈ ਨਹੀਂ, ਦੁੱਖ ਪੁੱਛ ਲਾ ਕਿਸੇ ਬਿਮਾਰ ਕੋਲੋਂ। ਇਹ ਤਾਂ ਉਹ ਲੋਕਾਂ ਨੂੰ ਪਤਾ ਨਾ, ਜਿਹੜੀਆਂ ਉਹ ਜਲਾਲਤ, ਜਿਹੜੀ ਉਹ ਬੇਹਰਮਤੀ ਇਹ ਖੇਤਾਂ 'ਚੋਂ ਹੰਢਾ ਰਹੇ ਨੇ, ਇਹ ਜਿਹੜੇ ਖੇਤ ਆ ਉਹਦੇ ਵਾਘੇ ਨਾ ਪੈਂਦੀਆਂ, ਉਹਦੇ ਲਈ ਖੇਤ ਜ਼ਬਰ ਦਾ ਸੋਮਾ ਨੇ, ਉਹਦੀ ਲੁੱਟ ਦਾ ਸੋਮਾ ਨੇ ਇਹ। ਠੀਕ ਹੈ ਸਰ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਸਾਡੇ ਨਾਲ ਰਾਜਵਿੰਦਰ ਸਿੰਘ ਰਾਹੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਸਮਾਜ ਦੇ ਵਿੱਚ ਦਲਿਤ ਭਾਈਚਾਰੇ ਨਾਲ ਹੁੰਦੇ ਤਿਰਸਕਾਰ ਦੀ। ਸੋ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਐਪੀਸੋਡ ਦੇ ਨਾਲ, ਕਿਸੇ ਹੋਰ ਖਾਸ ਮੁੱਦੇ ਦੇ ਨਾਲ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸਤਲੁਜ TV, ਸੱਚ ਦਾ ਨਿਰੰਤਰ ਵਹਿੰਦਾ ਦਰਿਆ।